हेलो नमस्कार आदाब सत श्री अकाल दोस्तों, मैं कविता सिंह, सारा का स्वागत है जी साढ़े इस प्रोग्राम दे विच। दोस्तों लास्ट टाइम असी यूरोप की गल की थी जी, काफ़ी ज़्यादा ऑप्शन साढ़े वास्ते इतने मौजूद सीगियां, सानू दसिया गई सी, रूल्स एंड रेगुलेशन दसे गए सी। सो यानी कि अज एक बार फिर तो साढ़े नाल सेम यानी कि यूरोप नू लैके जे इनफॉर्मेशन देने दे लई साढ़े नाल जुड़े ने इंडो यूरोपियन तो स्टडी विज एक्सपर्ट मिस्टर दीपेंद्र बावा। सर सत श्री अकाल जी, अज एक बार फिर तो स्वागत है तुहाडा इस प्रोग्राम दे विच। सारे दर्शकों नू मेरे सत श्री अकाल, वेलकम टू स्टडी इन यूरोप show by Indo-European. So Deepinder, last time bhi assi Europe nu leke kafi zyada information thode to lain di koshish kiti si te mainu umeed hai ki jehde sade darshak ne jehde sade students ne na inna jehde number flash hunde inna da vi zarur fayda chukde hunde, yani ki calling de zariye bhi oh apni assessment karwande ne ya fir nahi, ya fir jis tarah se kehne bhi tusi office zarur visit kariya karo. So is cheez da kinna ka fark penda hai? ਬਹੁਤ ਜ਼ਿਆਦਾ ਫਰਕ ਪੈਂਦਾ ਕਵਿਤਾ ਜੀ, ਕਿਉਂਕਿ ਬੱਚਾ ਜਦ ਸ਼ੋਅ ਦੇਖ ਕੇ ਇੱਕ ਅਟਰੈਕਸ਼ਨ ਜ਼ਰੂਰ ਹੁੰਦੀ ਬੱਚੇ ਨੂੰ, ਲੇਕਿਨ ਸਹੀ ਮਾਨੇ 'ਤੇ ਇਸ ਸ਼ੋਅ ਦਾ ਜਿਹੜਾ ਬੇਸਿਕਲੀ ਮਕਸਦ ਹੈਗਾ ਉਹ ਬੱਚਿਆਂ ਦੇ ਕੋਲ ਜਾ ਕੇ ਆਪਣੀ ਗੱਲ ਪਹੁੰਚਾਉਂਦਾ ਹੈਗਾ, ਜਿਹੜਾ ਮੇਰੇ ਖਿਆਲ ਜ਼ੀ ਚੈਨਲ ਬਹੁਤ ਚੰਗੀ ਤਰ੍ਹਾਂ ਕਰ ਰਿਹਾ ਹੈਗਾ, ਅਤੇ ਲੋਕਾਂ ਨੂੰ ਬੇਸਿਕਲੀ ਓਪਰਚੁਨਿਟੀਜ਼ ਜਿਹੜੀ ਹੈਗੀਆਂ ਨੇ ਉਹਨਾਂ ਨੂੰ ਰੂਬਰੂ ਕਰਾਉਣ ਦਾ ਮਕਸਦ ਹੈਗਾ। ਇਸ ਕਰਕੇ ਜਦ ਬੱਚੇ ਸਾਡੇ ਆਫਿਸ 'ਚ ਵਾਕਿੰਗ ਕਰਦੇ ਨੇ, ਅੰਮ੍ਰਿਤਸਰ, ਜਲੰਧਰ ਜਾਂ ਲੁਧਿਆਣਾ ਆਫਿਸ ਦੇ ਅੰਦਰ ਸਾਡੇ ਵਾਕਿੰਗ ਕਰਦੇ ਨੇ, ਉੱਥੇ ਬੇਸਿਕਲੀ ਆ ਕੇ ਜੇ ਬੱਚੇ ਆਪਣਾ ਪ੍ਰੋਫਾਈਲ ਡਿਸਕਸ ਕਰਦੇ ਨੇ, ਮੈਂ ਕਾਫੀ ਬੱਚਿਆਂ ਨਾਲ ਪਰਸਨਲੀ ਵੀ ਮਿਲਦਾ ਹੈਗਾ, ਅਤੇ ਮੈਂ ਲੁਧਿਆਣਾ 'ਚ ਬੇਸਡ ਹੈਗਾ ਅੱਜ ਕੱਲ੍ਹ, ਅਤੇ ਉੱਥੇ ਜਾ ਕੇ ਪਤਾ ਚੱਲਦਾ ਵੀ ਬੱਚਿਆਂ 'ਤੇ ਜਿਹੜੇ ਕੁਐਸਚਨਸ ਹੈਗੇ ਨੇ ਉਹ ਕਾਫੀ ਹੀ ਡਿਫਰੈਂਟ ਹੈਗੇ ਨੇ। ਉਹਨਾਂ ਨੂੰ ਨੌਲੇਜ ਹੀ ਨਹੀਂ ਹੈ ਕਿ ਵੀ ਯੂਰੋਪੀਅਨ ਯੂਨੀਅਨ ਦੇ ਅੰਦਰ ਇੰਨੀ ਚੰਗੀ ਕੰਟਰੀਆਂ ਵੀ ਹੈਗੀਆਂ ਨੇ, ਸਪਾਊਸ ਵੀ ਜਾ ਸਕਦਾ ਹੈਗਾ, ਬੱਚੇ ਵੀ ਜਾ ਸਕਦੇ ਹੈਗੇ ਨੇ, ਟਿਊਸ਼ਨ ਫੀ ਵੀ ਕਾਫੀ 2-2.5 ਲੱਗਦੀ ਹੈਗੀ। ਇਹਨਾਂ ਚੀਜ਼ਾਂ ਨੂੰ ਡਿਸਕਸ ਕਰਨ ਤੋਂ ਬਾਅਦ ਸਾਡੇ ਕੰਟੈਂਟ ਨੂੰ, ਸਾਡਾ ਕੰਟੈਂਟ ਜਿਹੜਾ ਬਹੁਤ ਇੰਪੋਰਟੈਂਟ ਹੈਗਾ, ਜਿਹਦੇ ਅੰਦਰ ਅਸੀਂ ਬੱਚੇ ਨੂੰ ਆਪਣੀ ਪ੍ਰੈਜੈਂਟੇਸ਼ਨ ਦਿੰਦੇ ਹਾਂ ਆਪਣੇ ਆਫਿਸ 'ਚ, ਉਹ ਦੇਖਣ ਤੋਂ ਬਾਅਦ ਉਹਨਾਂ ਨੂੰ ਰੂਬਰੂ ਕਰਨ ਤੋਂ ਬਾਅਦ ਬੱਚਾ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਕੰਪੈਰੀਜ਼ਨ ਦੇ ਅੰਦਰ ਯੂਰਪ ਨੂੰ ਕਿੱਥੇ ਵੀ ਘੱਟ ਨਹੀਂ ਸਮਝਦਾ ਅੱਜ ਦੀ ਡੇਟ 'ਚ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਸਪਾਊਸ ਕੇਸ ਦੀ ਗੱਲ ਜਿਹੜੀ ਹੈਗੀ ਜੀ ਜ਼ਰੂਰ ਕਰਾਂਗੇ। ਇਸ ਤੋਂ ਇਲਾਵਾ ਜਿਸ ਤਰ੍ਹਾਂ ਆਲਰੇਡੀ ਸਾਨੂੰ ਦੀਪਿੰਦਰ ਨੇ ਦੱਸ ਦਿੱਤਾ ਕਿ ਸਟੂਡੈਂਟਸ ਦੇ ਕੋਲ ਬਹੁਤ ਜ਼ਿਆਦਾ ਸਵਾਲ ਹੁੰਦੇ ਨੇ, ਹਾਲਾਂਕਿ ਅਸੀਂ ਤੁਹਾਡੇ ਬਿਹਾਫ 'ਤੇ ਇੱਥੇ ਬੈਠੇ ਹੋਏ ਹਾਂ, ਬਟ ਫਿਰ ਵੀ ਕਈ ਵਾਰੀ ਇੱਦਾਂ ਦਾ ਸਵਾਲ ਹੁੰਦਾ ਜੋ ਸਾਨੂੰ ਨਹੀਂ ਪਤਾ ਕਿ ਹਾਂਜੀ ਅਸੀਂ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਤੁਹਾਡੇ ਤੱਕ ਹੋਰ ਪਹੁੰਚਾ ਸਕਦੇ ਹੋ ਵੱਧ ਤੋਂ ਵੱਧ। ਹਾਲਾਂਕਿ ਕੋਸ਼ਿਸ਼ ਇਹੀ ਹੈਗੀ ਹੈ ਕਿ ਜਿੰਨੀ ਵੀ ਮੈਕਸੀਮਮ ਸਾਡੇ ਕੋਲੋਂ ਹੋ ਸਕੇ ਅਸੀਂ ਜਿਹੜੇ ਸਟੱਡੀ ਵੀਜ਼ਾ ਨੂੰ ਲੈ ਕੇ ਸਵਾਲ ਨੇ ਉਹ ਸਾਡੇ ਕੰਸਲਟੈਂਟ ਦੇ ਕੋਲੋਂ ਉਹਨਾਂ ਦਾ ਜਵਾਬ ਤੁਹਾਡੇ ਤੱਕ ਪਹੁੰਚਾ ਸਕੀਏ। ਸੋ ਇਸੇ ਕਰਕੇ ਜੀ ਇਹ ਨੰਬਰ ਤੁਹਾਡੇ ਵਾਸਤੇ ਹੀ ਫਲੈਸ਼ ਕੀਤੇ ਜਾਂਦੇ ਨੇ। ਫਿਲਹਾਲ ਤੁਸੀਂ ਪ੍ਰੋਗਰਾਮ ਨੂੰ ਪਹਿਲਾਂ ਜ਼ਰੂਰ ਵਾਚ ਕਰਿਆ ਕਰੋ, ਧਿਆਨ ਦੇ ਨਾਲ ਸੁਣਿਆ ਕਰੋ। ਸੋ ਉਸ ਤੋਂ ਬਾਅਦ ਜਿਹੜੇ ਵੀ ਤੁਹਾਡੇ ਡਾਊਟਸ ਹੁੰਦੇ ਨੇ ਜਾਂ ਸਵਾਲ ਹੁੰਦੇ ਨੇ ਜੀ, ਉਹਨਾਂ ਦਾ ਜਵਾਬ ਤੁਸੀਂ ਲੈ ਸਕਦੇ ਹੋ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਅਸੀਂ ਯੂਰਪ ਦੀ ਗੱਲ ਕਰਾਂਗੇ। ਯੂਰਪ ਦੇ ਵਿੱਚ ਜਿਸ ਤਰ੍ਹਾਂ ਲਾਸਟ ਟਾਈਮ ਵੀ ਅਸੀਂ ਡੈਨਮਾਰਕ ਹੋ ਗਿਆ, ਸਵੀਡਨ ਹੋ ਗਿਆ, ਲਾਤਵੀਆ ਐਂਡ ਹਾਲੈਂਡ ਦੀ ਅਸੀਂ ਗੱਲ ਕੀਤੀ ਸੀ, ਸੋ ਅੱਜ ਵੀ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਯੂਰਪ ਨੂੰ ਹੀ ਪ੍ਰਮੋਟ ਕਰਾਂਗੇ ਜੀ। ਯੂਰਪ ਦੇ ਵਿੱਚ ਕੀ ਆਪਸ਼ਨ ਰਹਿਣਗੀਆਂ ਸਾਡੇ ਸਟੂਡੈਂਟਸ ਦੇ ਵਾਸਤੇ ਇਸ ਦੀ ਗੱਲਬਾਤ ਅਸੀਂ ਕਰਾਂਗੇ। ਸੋ ਦੀਪਿੰਦਰ, ਯੂਰਪ ਦੇ ਵਿੱਚ ਹੁਣ ਸਟੂਡੈਂਟ ਕਿਸ ਮਕਸਦ ਦੇ ਨਾਲ ਸੋਚਦਾ ਕਿ ਹਾਂਜੀ ਕਿ ਮੈਨੂੰ ਕਿਤੇ ਹੋਰ ਆਪਸ਼ਨ ਨਹੀਂ ਮਿਲੀ ਇਸ ਕਰਕੇ ਮੈਂ ਯੂਰਪ ਜਾਵਾਂ, ਜਾਂ ਫਿਰ ਕਿ ਵੀ ਮੈਨੂੰ ਯੂਰਪ ਇੱਕ ਵਾਰੀ ਮੈਂ ਪਹੁੰਚ ਜਾਵਾਂ, ਮੈਨੂੰ ਜ਼ਰੀਆ ਮਿਲ ਰਿਹਾ ਕਿ ਮੈਂ ਯੂਰਪ ਪਹੁੰਚ ਜਾਵਾਂ, ਉਸ ਤੋਂ ਬਾਅਦ ਮੇਰੇ ਵਾਸਤੇ ਹੋਰ ਆਪਸ਼ਨ ਵੀ ਕਾਫੀ ਜ਼ਿਆਦਾ ਨੇ। ਜ਼ਰੂਰਤ ਹੈਗੀ ਅੱਜ ਦੇ ਬੱਚੇ ਨੂੰ ਸੋਚਣ ਦੀ, ਬੇਸਿਕਲੀ ਇੱਕ ਵਾਰ ਪਹੁੰਚ ਜਾਵਾ, ਇਹ ਜਿਹੜੀ ਪਹੁੰਚ ਦੀ ਜਿਹੜੀ ਇਹ ਸਿਸਟਮ ਬਣਾਇਆ ਹੋਇਆ ਬੇਸਿਕਲੀ ਸਾਡੇ ਪੰਜਾਬ ਦੇ ਅੰਦਰ, ਖਾਸ ਕਰ ਜਿਹਨਾਂ ਏਜੰਟਸ ਨੇ, ਇਹ ਬਹੁਤ ਗਲਤ ਸਿਸਟਮ ਹੈਗਾ। ਜਾਵਾਂਗੇ, ਜ਼ਰੂਰ ਜਾਵਾਂਗੇ, ਪਰ ਪਲੈਨਿੰਗ ਦੇ ਨਾਲ ਜਾਵਾਂਗੇ, ਓਪਰਚੁਨਿਟੀਜ਼ ਨੂੰ ਪਹਿਲਾਂ ਆਇਡੈਂਟੀਫਾਈ ਕਰਕੇ ਜਾਵਾਂਗੇ, ਆਪਣੇ ਵਾਸਤੇ 26 ਦੇਸ਼ਾਂ 'ਚ ਕਿਹੜਾ ਮੁਲਕ ਵਧੀਆ ਹੈਗਾ ਉਹਨੂੰ ਦੇਖ ਕੇ ਜਾਵਾਂਗੇ, ਸਾਡੇ ਕੋਸਟਿੰਗ ਸਾਡੇ ਬਜਟ 'ਚ ਅੰਦਰ ਹੈਗੀ ਉਹ ਵੀ ਦੇਖਾਂਗੇ, ਸਾਨੂੰ ਅੱਗੇ ਟ੍ਰਾਂਸਫਰ ਪ੍ਰੋਗਰਾਮ ਕਿਹੜਾ ਮਿਲ ਰਿਹਾ ਉਹਨੂੰ ਚੰਗੀ ਤਰ੍ਹਾਂ ਸੋਚ ਕੇ ਅਤੇ ਪਰਖ ਕੇ ਜਾਵਾਂਗੇ। ਇਸ ਕਰਕੇ ਕਾਉਂਸਲਿੰਗ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈਗੀ, ਜਿੱਦਾਂ ਮੈਮ ਨੇ ਕਿਹਾ ਤੁਹਾਨੂੰ ਹੁਣੇ ਵੀ ਕਿ ਬਈ ਆਪਣੇ ਡਾਕੂਮੈਂਟਸ ਲੈ ਕੇ ਪਰਸਨਲੀ ਆ ਕੇ ਆਪਣੀ ਕਾਉਂਸਲਿੰਗ ਕਰਵਾਓ ਅਤੇ ਦੇਖੋ ਵੀ ਤੁਹਾਡੇ ਵਾਸਤੇ ਮੁਲਕਾਂ ਦੇ ਅੰਦਰ ਕਿਹੜੀ ਕਿਹੜੀ ਓਪਰਚੁਨਿਟੀਜ਼ ਹੈਗੀਆਂ ਨੇ। ਅੱਜ ਬੇਸਿਕਲੀ ਜਦੋਂ ਲਾਸਟ ਸ਼ੋਅ 'ਚ ਮੈਂ ਕਿਹਾ ਸੀ ਵੀ ਹਰ ਸੰਡੇ ਅਸੀਂ 2 ਨਵੀਂ ਕੰਟਰੀਆਂ ਨੂੰ ਲੈ ਕੇ ਆਵਾਂਗੇ ਅਤੇ 2 ਕੰਟਰੀ ਬਾਰੇ ਡਿਸਕਸ ਜ਼ਰੂਰ ਕਰਾਂਗੇ, ਅੱਜ ਦਾ ਟੋਪਿਕ ਹੋਏਗਾ ਸਾਡਾ ਡੈਨਮਾਰਕ ਅਤੇ ਸਵੀਡਨ 'ਤੇ। ਦੋਨੋਂ ਹੀ ਕੰਟਰੀਆਂ ਸਪਾਊਸ ਵੀਜ਼ੇ ਨੂੰ ਲੈ ਕੇ ਬਹੁਤ ਜ਼ਿਆਦਾ ਸਟਰੋਂਗ ਹੈਗੀਆਂ ਨੇ, ਬਿਕੋਜ਼ ਪੂਰੇ ਯੂਰਪ ਦੇ ਅੰਦਰ ਜੇ ਕੋਈ ਸਪਾਊਸ ਵੀਜ਼ਾ ਦੇ ਰਿਹਾ ਅੱਜ ਦੀ ਡੇਟ 'ਚ ਤਾਂ ਉਹ ਡੈਨਮਾਰਕ ਅਤੇ ਸਵੀਡਨ ਹੈਗਾ। ਇਸ ਤੋਂ ਬਾਅਦ ਬਾਕੀ ਕੰਟਰੀਆਂ ਦੇ ਅੰਦਰ ਰਿਫਿਊਜ਼ਲ ਰੇਟ ਹੁੰਦੇ ਵੀ ਹੈਗੇ ਅਤੇ ਨਹੀਂ ਵੀ ਹੁੰਦੇ, ਪਰ ਡੈਨਮਾਰਕ ਸਵੀਡਨ ਦੇ ਅੰਦਰ ਕਾਫੀ ਸਟਰੋਂਗ ਸਪਾਊਸ ਐਪਲੀਕੇਸ਼ਨ ਚੱਲ ਰਹੀ ਹੈਗੀਆਂ ਨੇ। ਇਨਟੇਕ ਦੋਨੋਂ ਕੰਟਰੀ ਦੇ ਅੰਦਰ ਅਗਸਤ ਦੀ ਹੈਗੀ, 15 ਮਾਰਚ ਜਿਹੜੀ ਹੈਗੀ ਡੈਡਲਾਈਨ ਹੈ ਕਾਫੀ ਯੂਨੀਵਰਸਿਟੀਜ਼ ਦੀ। ਇਸ ਤੋਂ ਬਾਅਦ ਫਸਟ ਕਮ ਫਸਟ ਸਰਵ ਜੇ ਸੀਟਾਂ ਬਚ ਗਈਆਂ ਨੇ ਉਹਨਾਂ ਨੂੰ ਦਿੱਤਾ ਜਾਏਗਾ, ਪਰ ਫਸਟ 15 ਮਾਰਚ ਤੋਂ ਪਹਿਲਾਂ ਪਹਿਲਾਂ ਕੋਸ਼ਿਸ਼ ਕਰੋ ਆਪਣੀ ਐਪਲੀਕੇਸ਼ਨ ਨੂੰ ਅਪਲਾਈ ਕਰ ਲਓ।
मैं अज एक छोटा जा रैपिड फायर राउंड करांगा बेसिकली स्वीडन ते डेनमार्क दे अंदर जिदे अंदर तुहानू कंपैरिजन मिलेगा दोनों कंट्रीज दे अंदर। बेसिकली सब तो पहला डेनमार्क स्वीडन दोनों शेंगन कंट्री हैगे ने। डेनमार्क तुहानू शॉर्ट टर्म वीज़ा दिंदा है जिहड़ा जाके कार्ड मिलता है जिहनूं असीं कहिंदे आ टीआरपी कार्ड। टीआरपी कार्ड सारे देशों च मिलता हैगा। एंटर करदे बच्चे नूं पहले महीने दे अंदर जाके अपना कार्ड करैक्ट करना हुंदा है। स्वीडन वो कार्ड तुहानू इत्थे प्रिंट करके दिंदा है क्योंकि स्वीडन दी एम्बेसी दे कोल प्रिंटिंग फैसिलिटी हैगी। कल्ली एम्बेसी पूरे यूरोपियन यूनियन के अंदर हैगी जिहड़ी कार्ड इंडिया च प्रिंट करके दे रही है। अगे चलते हैं पार्ट टाइम जॉब स्टूडेंट नूं 15 घंटे तो लैके 20 घंटे सॉरी कट करांगा 20 घंटे जिहड़े हैगे काम करना बच्चे नूं अलाउड है डेनमार्क दे अंदर। स्वीडन दे अंदर बच्चे नूं काम करन दी कोई भी रोक टोक नहीं हैगी। तुसीं जिन्ना मर्जी काम कर सकते हो बट मैं एज ए एजुकेशन कंसर्न जरूर कहना चाहवांगा कि 20 घंटे तो वध काम करके बच्चा पढ़ाई दा नुकसान 200% करदा है जिहदा उहनूं हाजमा भुगतना पैंदा है काफ़ी लोंग टर्म जाके। इस करके अगे आने स्पाउस वीज़ा दोनों कंट्री के अंदर स्पाउस नूं अपलाई करना अलाउड हैगा। इकट्ठे अपलाई करना भी अलाउड हैगा। मैं रिकमेंड नहीं करता हर केस नूं इकट्ठे अपलाई करने वास्ते पर मैं केस टू केस देख के अपनी रिकमेंडेशन दिना। इस करके जे तुसीं साडे ऑफिस पर्सनली आओगे असीं तुहाडा केस चैक करके दसांगे तुसीं इकट्ठे अपलाई करो या पहला एप्लीकेंट अपलाई करेगा फिर तुहाडा स्पाउस अपलाई करेगा ते बच्चे दे नाल ऑफकोर्स डिपेंडेंट चिल्ड्रन भी अपलाई कर सकते हैं। अगे चलते हैं शो मनी ते। शो मनी एप्लीकेंट वास्ते 0 हैगी डेनमार्क दे अंदर ते स्वीडन दे अंदर शो मनी 8 लाख रुपए हैगी जे तुसीं 1 साल का कोर्स लैके जा रहे हो। गल करते हैं स्पाउस वास्ते। स्पाउस वास्ते डेनमार्क दे अंदर एप्लीकेशन ट्यूशन जिहड़ी शो मनी हैगी 7 लाख हैगी। 8 लाख हैगी तुहाडी स्वीडन दे अंदर। फंडस फ्रैश होने चाहिए ने कोई प्रॉब्लम नहीं हैगी। तुसीं फ्रैश फंडस कितों मर्जी बोरो कर लो पेरेंट्स तो बैंक तो बोरो कर लो तुसी जो भी बोरो कर सकते हो कर लो क्योंकि फ्रैश फंड्स दोनों ही कंट्री के अंदर एक्सेप्टेड है। IELTS की गल करते हैं 6 बैंड मिनिमम चाहिए ने डेनमार्क के अंदर। स्वीडन के अंदर 5 बैंड भी काम हो जाता है बच्चे का एली कोर्स के नाल। बीटेक के स्टूडेंट नू स्वीडन के अंदर पंजाब के अंदर काफ़ी इंजीनियर इंजीनियरिंग कर रहे हैं। काफ़ी बच्चे बीटेक करके पास हुए हैं। अज उन्होंने वास्ते बहुत सुनहरी मौका हैगा। ਤੁਸੀਂ ਸਵੀਡਨ ਦੇ ਅੰਦਰ ਆਪਣਾ ਐਪਲੀਕੇਸ਼ਨ ਅਪਲਾਈ ਕਰ ਸਕਦੇ ਹੋ ਬਿਨਾਂ IELTS ਤੋਂ। ਜੇ ਕਿਸੇ ਦੇ 5 ਹੈਗੇ ਨੇ 5.5 ਬੈਂਡ ਹੈਗੇ ਨੇ ਉਹਨਾਂ ਨੇ ਬੀਟੈਕ ਨਹੀਂ ਕੀਤੀ ਹੈ 12ਵੀਂ ਕੀਤੀ ਹੈ ਡਿਪਲੋਮੇ ਕੀਤੇ ਨੇ BA ਕੀਤੀ ਹੋਈ ਹੈ ਕੋਈ ਗੱਲ ਨਹੀਂ ਤੁਸੀਂ ਆਪਣਾ ਐਲੀ ਕੋਰਸ ਲਗਾ ਕੇ ਮੇਨ ਕੋਰਸ 'ਚ ਅਪਲਾਈ ਕਰ ਸਕਦੇ ਹੋ। ਗੱਲ ਕਰਦੇ ਹਾਂ ਯੂਨੀਵਰਸਿਟੀ ਕਾਲਜਿਸ ਦੀ। ਡੈਨਮਾਰਕ ਦੇ ਅੰਦਰ ਬੱਚਿਆਂ ਨੂੰ ਕਾਲਜਿਸ ਮਿਲਣਗੇ। ਸਵੀਡਨ ਦੇ ਅੰਦਰ ਮੋਸਟਲੀ ਯੂਨੀਵਰਸਿਟੀਜ਼ ਮਿਲਣਗੀਆਂ। ਡੈਨਮਾਰਕ ਦੇ ਅੰਦਰ ਬੱਚਿਆਂ ਨੂੰ ਡਿਪਲੋਮੇ ਮਿਲਣਗੇ। ਸਵੀਡਨ ਦੇ ਅੰਦਰ ਬੱਚਿਆਂ ਨੂੰ ਬੈਚਲਰ ਅਤੇ ਮਾਸਟਰ ਮਿਲਣਗੀਆਂ। ਬੱਚਿਆਂ ਨੂੰ ਫੁੱਲ ਟਾਈਮ ਕੰਮ ਕਰਨਾ ਅਲਾਊਡ ਹੈਗਾ ਡੈਨਮਾਰਕ ਦੇ ਅੰਦਰ। ਜਿੱਦਾਂ ਮੈਂ ਕਿਹਾ ਸਵੀਡਨ ਦੇ ਅੰਦਰ ਫੁੱਲ ਟਾਈਮ ਵੀਜ਼ਾ ਟਾਈਮਿੰਗ ਜਿਹੜਾ ਹੈਗਾ 45 to 60 days ਦਾ ਹੈਗਾ। 40 to 60 days ਦੇ ਅੰਦਰ ਬੱਚੇ ਦਾ ਵੀਜ਼ਾ ਆ ਜਾਂਦਾ ਹੈਗਾ ਦੋਨੋਂ ਹੀ ਕੰਟਰੀਆਂ ਦੇ ਅੰਦਰ। ਦੋਨੋਂ ਹੀ ਕੰਟਰੀ ਦੇ ਅੰਦਰ ਬੱਚੇ ਨੂੰ ਜਿਹੜੀ ਅਕੋਮੋਡੇਸ਼ਨ ਹੈਗੀ ਉਹ ਯੂਨੀਵਰਸਿਟੀ ਦੇ ਹੋਸਟਲ ਦੇ ਅੰਦਰ ਅਵੇਲੇਬਲ ਹੈਗੀ। ਦੋਨੋਂ ਹੀ ਕੰਟਰੀ ਦੇ ਅੰਦਰ ਬੱਚੇ ਨੂੰ ਬੇਸਿਕਲੀ ਪਾਰਟ ਟਾਈਮ ਦੇ ਅੰਦਰ ਜਿਹੜੀ ਪਾਰਟ ਟਾਈਮ ਇਨਕਮ ਹੈਗੀ ਉਹ ਅਪਰੋਕਸੀਮੇਟਲੀ 1 lakh to 1.25 lakh ਰੁਪਏ ਹੈਗੀ। ਬੱਚੇ ਆਪਣੀ ਲਿਵਿੰਗ ਕੋਸਟ ਨੂੰ ਨਿਕਾਲ ਲੈਂਦੇ ਹੈਗੇ ਪਾਰਟ ਟਾਈਮ ਜੋਬ ਦੇ ਅੰਦਰ ਅਤੇ ਬੱਚਿਆਂ ਨੂੰ ਜਿਹੜੀ ਜੋਬ ਸੀਕਰ ਵੀਜ਼ਾ ਹੈਗਾ ਉਹ ਵੀ 6 ਮਹੀਨੇ ਦਾ ਹੈਗਾ ਐਕਸਟਰਾ ਆਪਣੀ ਐਜੂਕੇਸ਼ਨ ਖਤਮ ਕਰਨ ਤੋਂ ਬਾਅਦ। ਦੋਨੋਂ ਕੰਟਰੀਆਂ ਦੇ ਅੰਦਰ ਬੱਚਾ ਜਿਹੜਾ ਹੈਗਾ ਉਹ 6 ਮਹੀਨੇ ਦੂਜੀ ਆਪਣੀ ਜੋਬ ਲੱਭ ਸਕਦਾ ਹੈਗਾ ਅਤੇ ਦੋਨੋਂ ਹੀ ਮੁਲਕਾਂ ਦੇ ਅੰਦਰ PR ਅਵੇਲੇਬਲ ਹੈਗੀ। 4 to 5 years ਤੁਸੀਂ ਆਪਣਾ ਕੰਮ ਕਰਨਾ ਹੈਗਾ ਸਵੀਡਨ ਦੇ ਅੰਦਰ ਤੁਸੀਂ PR ਅਪਲਾਈ ਕਰ ਸਕਦੇ ਹੋ ਟੈਕਸ ਭਰ ਕੇ। ਡੈਨਮਾਰਕ ਦੇ ਅੰਦਰ 7 to 8 years ਕੰਮ ਕਰਨਾ ਹੈਗਾ ਤਾਂ PR ਅਪਲਾਈ ਕੀਤੀ ਜਾਂਦੀ ਹੈਗੀ। ਸੋ ਦੋਨੋਂ ਜਿਹੜੇ ਕੰਟਰੀਜ਼ ਨੇ ਜੀ ਚਾਹੇ ਅਸੀਂ ਸਵੀਡਨ ਕਰ ਲਈਏ ਚਾਹੇ ਡੈਨਮਾਰਕ ਦੀ ਗੱਲ ਕਰ ਲਈਏ ਦੋਨਾਂ ਦੇਸ਼ਾਂ ਦੇ ਵਿੱਚ ਸਾਨੂੰ ਕੀ ਆਪਸ਼ਨਸ ਮਿਲ ਰਹੀਆਂ ਨੇ ਜੀ ਕਿਸ ਤਰ੍ਹਾਂ ਅਸੀਂ ਅਪਲਾਈ ਕਰਨਾ ਹੈਗਾ ਕਿਹੜੇ ਕਿਹੜੇ ਕੋਰਸ ਹੈਗੇ ਨੇ ਯੂਨੀਵਰਸਿਟੀਜ਼ ਨੇ ਕਾਲਜਿਸ ਦੀ ਅਗਰ ਗੱਲ ਕਰ ਲਈਏ PR ਦਾ ਕੀ ਪ੍ਰੋਸੈਸ ਰਹੇਗਾ ਚਾਹੇ ਸਪਾਊਸ ਨੂੰ ਅਸੀਂ ਕਿਸ ਤਰ੍ਹਾਂ ਲੈ ਕੇ ਜਾ ਸਕਦੇ ਹਾਂ ਜਾਂ ਫਿਰ ਕਈ ਜਿਹੜੀ ਫੈਮਿਲੀ ਸੋਚਦੇ ਨੇ ਕਿ ਹਾਂਜੀ ਸਾਡਾ ਬੱਚਾ ਵੀ ਨਾਲ ਹੈਗਾ ਅਸੀਂ ਉਹਨੂੰ ਵੀ ਲੈ ਕੇ ਜਾਣਾ। ਸੋ ਬਹੁਤ ਜ਼ਿਆਦਾ ਆਪਸ਼ਨਸ ਤੁਹਾਡੇ ਵਾਸਤੇ ਇੱਥੇ ਅਵੇਲੇਬਲ ਨੇ ਜੀ ਸਪੈਸ਼ਲੀ ਇੰਡੋ ਯੂਰੋਪੀਅਨ ਤੁਹਾਡੇ ਵਾਸਤੇ ਲੈ ਕੇ ਹੈਗਾ ਯੂਰਪ ਦੇ ਸਟੱਡੀ ਵੀਜ਼ਾ। ਸੋ ਯੂਰਪ ਦੇ ਹੋਰ ਵੀ ਪਾਰਟਸ ਹੈਗੇ ਨੇ ਜਿਹਦਾ ਅਗਰ ਤੁਸੀਂ ਹਿੱਸਾ ਬਣਨਾ ਚਾਹੁੰਦੇ ਹੋ ਜੀ ਸਟੂਡੈਂਟ ਵੀਜ਼ਾ ਲੈ ਕੇ ਤੁਸੀਂ ਆਪਣਾ ਜਿਹੜਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਬਾਕੀ ਦੇ ਜਿਹੜੇ ਮੁਲਕ ਨੇ ਜੀ ਉਹਨਾਂ ਵਾਸਤੇ ਵੀ ਜ਼ਰੂਰ ਅਪਲਾਈ ਕਰ ਸਕਦੇ ਹੋ।
ਕਿਹੜੇ ਕਿਹੜੇ ਰਹਿਣਗੇ ਜੀ ਉਹਦੇ ਵਾਸਤੇ ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਵੀ ਕਾਲ ਕਰ ਸਕਦੇ ਹੋ। ਅੱਛਾ ਲਾਸਟ ਟਾਈਮ ਤੁਸੀਂ ਮੈਨੂੰ ਕਹਿ ਰਹੇ ਸੀ ਦੁਪਿੰਦਰ ਕਿ ਡਿਪਲੋਮਾ ਜਿਹੜਾ ਹੈਗਾ ਖਾਸ ਕਰਕੇ ਜ਼ਿਆਦਾ ਰਿਕਮੈਂਡ ਨਹੀਂ ਕੀਤਾ ਜਾਂਦਾ, ਬਟ ਫਿਲਹਾਲ ਹੁਣ ਇਹ ਤੁਸੀਂ ਕਿਹਾ ਕਿ ਹਾਂਜੀ ਸਵੀਡਨ ਦੇ ਵਿੱਚ ਅਸੀਂ ਡਿਪਲੋਮਾ ਦੇ ਵਾਸਤੇ ਵੀ ਜਾ ਸਕਦੇ, ਡੈਨਮਾਰਕ ਦੇ ਅੰਦਰ ਅਸੀਂ ਡਿਪਲੋਮਾ ਵਾਸਤੇ ਜਾ ਸਕਦੇ ਨੇ, ਪਰ ਸਵੀਡਨ ਦੇ ਅੰਦਰ ਬੈਚਲਰ ਹੀ ਹੋਏਗੀ ਕਿ ਡਿਪਲੋਮਾ ਵਾਸਤੇ ਡੈਨਮਾਰਕ ਹੀ ਕਾਫੀ ਫੇਮਸ, ਪੂਰੇ ਯੂਰੋਪੀਅਨ ਯੂਨੀਅਨ ਦੇ ਅੰਦਰ ਜਿਹੜੇ ਡਿਪਲੋਮਾਜ਼ ਹੈਗੇ ਨੇ ਉਹ ਡੈਨਮਾਰਕ ਹੀ ਪ੍ਰੋਵਾਈਡ ਕਰਦਾ ਹੈ। ਸਵੀਡਨ ਦੇ ਅੰਦਰ, ਨਾਰਵੇ ਦੇ ਅੰਦਰ, ਫਿਨਲੈਂਡ, ਲਾਟਵੀਆ ਦੇ ਅੰਦਰ ਡਿਪਲੋਮੇ ਨਹੀਂ ਹੈਗੇ, ਇੱਥੇ ਸਾਰੀਆਂ ਕੰਟਰੀਆਂ ਦੇ ਅੰਦਰ ਬੈਚਲਰ ਹੈਗੇ ਨੇ, ਪਰ ਡੈਨਮਾਰਕ ਇਹੋ ਜਿਹਾ ਮੁਲਕ ਹੈਗਾ ਜਿਹੜਾ 2 ਸਾਲ ਦਾ ਡਿਪਲੋਮਾ ਦਿੰਦਾ ਹੈਗਾ। ਬੱਚਾ 2 ਸਾਲ ਦਾ ਡਿਪਲੋਮਾ ਲੈ ਲੈ, ਉਸ ਤੋਂ ਬਾਅਦ ਬੱਚੇ ਨੂੰ 6 ਮਹੀਨੇ ਦਾ ਜੋਬ ਸੀਕਰ ਵੀਜ਼ਾ ਮਿਲਦਾ ਹੈਗਾ, ਅਤੇ ਬੱਚਾ ਬੇਸਿਕਲੀ ਆਪਣਾ ਇੰਟਰਨਸ਼ਿਪ ਵੀ ਕਰਦਾ ਹੈਗਾ ਅਤੇ ਨਾਲ ਆਪਣੀ ਗਰਮੀਆਂ ਛੁੱਟੀਆਂ 'ਚ ਕੰਮ ਕਰਦਾ ਹੈਗਾ, ਪਲੱਸ ਬੱਚਾ ਬੇਸਿਕਲੀ ਆਪਣਾ ਜਿਹੜਾ 6 ਮਹੀਨੇ ਦਾ ਜੋਬ ਸੀਕਰ ਵੀਜ਼ਾ ਹੈ ਉਹਦੇ ਅੰਦਰ ਬੱਚਾ ਆਪਣੀ ਜੋਬ ਵੀ ਲੱਭਦਾ ਹੈ। ਅਤੇ ਆਪਾਂ ਇਹ ਜੋਬ ਜਿਹੜੀ ਲੱਭਣੀ ਹੈਗੀ ਉਹ ਸਿਰਫ ਡੈਨਮਾਰਕ ਜਾਂ ਸਵੀਡਨ ਦੇ ਅੰਦਰ ਨਹੀਂ ਲੱਭਣੀ, ਆਪਾਂ ਇਹ ਜੋਬ ਲੱਭਣੀ ਹੈ ਪੂਰੇ ਯੂਰੋਪੀਅਨ ਯੂਨੀਅਨ ਦੇ ਅੰਦਰ। ਤੁਹਾਨੂੰ ਜਰਮਨੀ 'ਚ ਜੋਬ ਮਿਲ ਜਾਏ, ਤੁਹਾਨੂੰ ਪੋਰਚੁਗਲ 'ਚ ਮਿਲ ਜਾਏ, ਡੈਨਮਾਰਕ 'ਚ ਮਿਲ ਜਾਏ, ਕਿੱਥੇ ਮਰਜ਼ੀ ਮਿਲ ਜਾਏ, ਤੁਹਾਡਾ ਵੀਜ਼ਾ ਕਨਵਰਟ ਹੋ ਜਾਂਦਾ ਹੈਗਾ ਵਰਕ ਪਰਮਿਟ 'ਚ। ਅਤੇ ਵਰਕ ਪਰਮਿਟ ਲੈ ਕੇ ਤੁਸੀਂ ਉਸ ਕੰਟਰੀ ਦੇ ਅੰਦਰ 5 ਤੋਂ ਲੈ ਕੇ 6 ਸਾਲ ਟੈਕਸ ਭਰਦੇ ਹੋ। ਟੈਕਸ ਭਰਨ ਤੋਂ ਬਾਅਦ ਤੁਹਾਨੂੰ PR ਮਿਲਦੀ ਹੈ। ਇਹ ਹੈਗਾ ਸਟੂਡੈਂਟ ਟੂ PR ਦਾ ਪ੍ਰੋਸੈਸ ਪਲਾਨ। ਸਟੱਡੀ, ਵਰਕ ਵੀਜ਼ਾ, PR, ਇਹਦੇ ਥਰੂ ਬੱਚਾ ਆਪਣੀ PR ਨੂੰ ਅਪਲਾਈ ਕਰਦਾ ਹੈਗਾ। ਯੂਰੋਪੀਅਨ ਯੂਨੀਅਨ ਦੇ ਅੰਦਰ ਟੈਕਸ ਉਤਾਰਨ ਨੂੰ, ਟੈਕਸ ਨੂੰ ਪੇ ਕਰਨ ਦੇ ਕਰਕੇ ਬਹੁਤ ਸਟ੍ਰਿਕਟ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਨੇ। ਜੇ ਤੁਸੀਂ ਆਪਣਾ ਟੈਕਸ ਨਹੀਂ ਪੇ ਕਰ ਰਹੇ ਹੋ ਤੁਸੀਂ ਕਦੇ ਵੀ ਪਰਮਨੈਂਟ ਨਹੀਂ ਹੋ ਸਕਦੇ। ਮੈਂ ਇੱਕ ਗੱਲ ਹੋਰ ਜ਼ਰੂਰ ਕਹਿਣਾ ਚਾਹਾਂਗਾ, ਸਵੀਡਨ ਇਕੱਲਾ ਮੁਲਕ ਹੈਗਾ ਪੂਰੇ ਯੂਰੋਪੀਅਨ ਯੂਨੀਅਨ ਦਾ ਜਿਹੜਾ ਬੇਸਿਕਲੀ ਤੁਹਾਨੂੰ ਸਿਟੀਜ਼ਨਸ਼ਿਪ ਵਾਸਤੇ ਲੈਂਗੁਏਜ ਦੀ ਕੋਈ ਰਿਕੁਆਇਰਮੈਂਟ ਨਹੀਂ ਮੰਗਦਾ। ਪੂਰੇ ਯੂਰਪ ਦੇ ਅੰਦਰ ਹਰ ਕੰਟਰੀ ਦੇ ਅੰਦਰ ਜਦ ਤੁਸੀਂ ਪਾਸਪੋਰਟ ਅਪਲਾਈ ਕਰਨਾ ਹੈਗਾ, ਸਿਟੀਜ਼ਨਸ਼ਿਪ ਅਪਲਾਈ ਕਰਨੀ ਹੈਗੀ, ਉਸ ਵੇਲੇ ਤੁਹਾਨੂੰ ਲੋਕਲ ਲੈਂਗੁਏਜ ਆਉਣੀ ਬਹੁਤ ਜ਼ਰੂਰੀ ਹੈਗੀ। ਉਸ ਤੋਂ ਬਗੈਰ ਬੱਚਾ ਕਦੇ ਵੀ ਆਪਣੀ ਪਾਸਪੋਰਟ ਅਪਲਾਈ ਨਹੀਂ ਕਰ ਸਕਦਾ। ਲੇਕਿਨ ਸਵੀਡਨ ਦੇ ਅੰਦਰ ਤੁਹਾਨੂੰ ਲੈਂਗੁਏਜ ਨਹੀਂ ਚਾਹੀਦੀ। ਇਹਦਾ ਮਤਲਬ ਸਵੀਡਨ ਇੰਗਲਿਸ਼ ਨੂੰ ਕਿੰਨਾ ਕੁ ਸਪੋਰਟ ਕਰਦਾ ਤੁਸੀਂ ਆਪ ਇਹਨੂੰ ਸਮਝ ਸਕਦੇ ਹੋ। ਹੈਲਥ ਇੰਸ਼ੋਰੈਂਸ ਨੂੰ ਲੈ ਕੇ ਮੈਂ ਹਮੇਸ਼ਾ ਆਪਣੇ ਸ਼ੋਅ 'ਚ ਇਸ ਗੱਲ ਨੂੰ ਉਠਾਉਣਾ ਕਿਉਂਕਿ ਬਹੁਤ ਜ਼ਰੂਰੀ ਹੈ, ਖਾਸ ਕਰ ਸਪਾਊਸਸ ਵਾਸਤੇ ਜਿਹਨਾਂ ਛੋਟੇ ਬੱਚੇ ਜਾ ਰਹੇ ਨੇ 12 ਮੁਲਕਾਂ 'ਚ। ਉਹਨਾਂ ਨੂੰ ਇਹ ਸਮਝਣਾ ਪਏਗਾ ਵੀ ਜਿਹੜੀ ਇਹ ਕੰਟਰੀਜ਼ ਹੈਗੀ ਨੇ ਇੱਥੇ ਮੈਡੀਕਲ ਬਹੁਤ ਮਹਿੰਗਾ ਹੁੰਦਾ ਹੈਗਾ। ਇਸ ਕਰਕੇ ਡੈਨਮਾਰਕ ਹੋਏ ਜਾਂ ਸਵੀਡਨ ਹੋਏ, ਦੋਨੋਂ ਦੀ ਮੁਲਕਾਂ ਦੇ ਅੰਦਰ ਤੁਹਾਨੂੰ ਪੂਰੀ ਫੁੱਲੀ ਇੰਸ਼ੋਰਡ ਤੁਸੀਂ ਜਾਓਗੇ, ਤੁਹਾਨੂੰ ਇੰਸ਼ੋਰੈਂਸ ਪੂਰੀ ਮਿਲੂਗੀ। ਇਸ ਇੰਸ਼ੋਰੈਂਸ ਦੇ ਅੰਦਰ ਤੁਹਾਡਾ ਡਾਕਟਰ, ਤੁਹਾਡਾ ਐਕਸੀਡੈਂਟਲ ਕਲੇਮ ਸਭ ਕੁਝ ਕਲੀਅਰ ਹੋਏਗਾ, ਤੁਹਾਨੂੰ ਕੋਈ ਵੀ ਪੈਸੇ ਭਰਨ ਦੀ ਜ਼ਰੂਰਤ ਨਹੀਂ ਹੈਗੀ। ਜਿਸ ਬੱਚੇ ਨੂੰ ਵੀਜ਼ਾ ਮਿਲ ਗਿਆ ਉਹਨੂੰ ਡਾਕਟਰ ਕਵਰ ਆਟੋਮੈਟਿਕਲੀ ਕਰੇਗਾ। ਲੇਕਿਨ ਜ਼ਰੂਰਤ ਹੈਗੀ ਸੋਚਣ ਦੀ, ਸਵੀਡਨ ਦੇ ਅੰਦਰ ਇਹ ਕੋਰਸ 2 ਸਾਲ ਦਾ ਹੋਣਾ ਚਾਹੀਦਾ ਹੈਗਾ। ਜੇ 2 ਸਾਲ ਦਾ ਘੱਟ ਕੋਰਸ ਲਓਗੇ ਤੁਹਾਡਾ ਡਾਕਟਰ ਕਵਰ ਨਹੀਂ ਹੋਏਗਾ, ਤੁਹਾਡੀ ਹੈਲਥ ਇੰਸ਼ੋਰੈਂਸ ਕਵਰ ਨਹੀਂ ਹੋਏਗੀ, ਤੁਹਾਨੂੰ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਜਿਹੜੀ 20-25 ਹਜ਼ਾਰ ਰੁਪਏ ਸਾਲ ਦਾ ਕੋਸਟ ਕਰਦੀ ਉਹ ਲੈਣੀ ਪਏਗੀ। ਲੇਕਿਨ ਡੈਨਮਾਰਕ ਦੇ ਅੰਦਰ ਕੋਈ ਵੀ ਕੋਰਸ ਲੈ ਲਓ, ਤੁਹਾਡੀ ਹੈਲਥ ਇੰਸ਼ੋਰੈਂਸ ਪੂਰੀ ਫੁੱਲੀ ਕਵਰ ਹੋਏਗੀ। ਸੋ ਹੁਣ ਡਿਪਲੋਮਾ ਦੀ ਕੀ ਆਪਸ਼ਨ ਸਟੂਡੈਂਟਸ ਨੂੰ ਮਿਲਦੀ ਹੈ, ਅਤੇ ਹੁਣ ਜਿਹੜੇ ਡਿਪਲੋਮਾ ਦੇ ਵਾਸਤੇ ਜਾ ਰਹੇ ਨੇ ਉਹਨਾਂ ਦੀ ਪ੍ਰੀਵੀਅਸ ਸਟੱਡੀ ਕੀ ਹੋਣੀ ਚਾਹੀਦੀ ਹੈ? ਅਤੇ ਦੂਸਰੀ ਗੱਲ, ਗੈਪ ਜਿਹੜਾ ਹੈਗਾ ਕਿ ਉਹਨੂੰ ਵੀ ਐਮਬੈਸੀ ਚੈੱਕ ਕਰਦੀ ਹੈ ਜਾਂ ਫਿਰ ਨਹੀਂ? ਪਹਿਲਾਂ ਗੱਲ ਕਰਦੇ ਹਾਂ ਡਿਪਲੋਮਾ ਦੇ ਅੰਦਰ ਕਿਹੜੀ ਕਿਹੜੀ ਬੇਸਿਕਲੀ ਰਿਕੁਆਇਰਮੈਂਟ ਹੈਗੀਆਂ ਨੇ। ਬੱਚੇ ਜਿਹੜੇ 12ਵੀਂ ਤੋਂ ਬਾਅਦ ਜਾ ਰਹੇ ਨੇ, ਜੇ ਉਹਨਾਂ ਦੇ ਮਾਰਕਸ ਚੰਗੇ ਨਹੀਂ ਹੈਗੇ ਨੇ ਤਾਂ ਉਹਨਾਂ ਨੂੰ 13 ਸਾਲ ਦੀ ਐਜੂਕੇਸ਼ਨ ਦਿਖਾਉਣੀ ਪੈਂਦੀ ਹੈ, ਜਿੱਦਾਂ ਕਿ 12ਵੀਂ ਤੋਂ ਬਾਅਦ 12+1 ਈਅਰ ਆਫ ਐਜੂਕੇਸ਼ਨ। 6 ਬੈਂਡ ਡੈਨਮਾਰਕ ਵਾਸਤੇ ਮੈਂਡਟਰੀ ਹੈਗੇ ਨੇ, ਅਤੇ ਜਿਹੜੇ ਬੱਚੇ ਬੇਸਿਕਲੀ ਮਾਸਟਰ 'ਚ ਜਾਣਗੇ ਉਹ 3 ਸਾਲ ਦੀ ਐਜੂਕੇਸ਼ਨ ਦਿਖਾ ਕੇ, ਇੰਡੀਆ ਦੀ 3 ਸਾਲ ਦੀ BCOM ਦਿਖਾ ਕੇ ਜਾਂ BSc ID ਦਿਖਾ ਕੇ ਤੁਸੀਂ ਟੋਪ ਅਪ ਡਿਗਰੀ ਪ੍ਰੋਗਰਾਮ ਡੈਨਮਾਰਕ 'ਚ ਲੈ ਸਕਦੇ ਹੋ। ਟੋਪ ਅਪ ਡਿਗਰੀ ਪ੍ਰੋਗਰਾਮ 1.5 ਸਾਲ ਦਾ ਹੁੰਦਾ, 1 ਸਾਲ ਦੀ ਐਜੂਕੇਸ਼ਨ, 6 ਮਹੀਨੇ ਦਾ ਇੰਟਰਨਸ਼ਿਪ ਪਲੱਸ 6 ਮਹੀਨੇ ਦਾ ਜੋਬ ਸੀਕਰ, ਅਤੇ ਪਹਿਲੇ ਸਾਲ ਦੀ ਐਜੂਕੇਸ਼ਨ ਦੇ ਅੰਦਰ 3 ਮਹੀਨੇ ਦੀ ਛੁੱਟੀ 'ਚ ਫੁੱਲ ਟਾਈਮ ਵਰਕ, 3+6+6 15 ਮਹੀਨੇ, 24 ਮਹੀਨੇ ਦੇ ਵੀਜ਼ੇ ਦੇ ਅੰਦਰ 9 ਮਹੀਨੇ ਦੀ ਪੜ੍ਹਾਈ ਅਤੇ 15 ਮਹੀਨੇ ਦਾ ਕੰਮ। ਮੇਰੇ ਖਿਆਲ ਕੋਈ ਬੁਰਾ ਸੌਦਾ ਨਹੀਂ ਰਹੇਗਾ ਬੱਚਿਆਂ ਵਾਸਤੇ। ਆਪਣੀ ਕੋਸਟ ਨੂੰ ਰਿਕਵਰ ਕਰ ਲਓਗੇ, ਚੰਗਾ ਐਕਸਪੋਜ਼ਰ ਲਿਆਓਗੇ, ਵਧੀਆ ਕੰਪਨੀਜ਼ ਦੇ ਅੰਦਰ ਇੰਟਰਨਸ਼ਿਪ ਕਰੋਗੇ, ਆਪਣੇ ਫਿਊਚਰ ਬਾਰੇ ਸੀਰੀਅਸ ਹੋ ਕੇ ਸੋਚੋਗੇ, ਤਾਂ ਡੈਨਮਾਰਕ ਅਤੇ ਸਵੀਡਨ ਤੋਂ ਵਧੀਆ ਦੇਸ਼ ਜਿਹੜੇ ਹੈਗੇ ਨੇ ਉਹ ਨਹੀਂ ਮਿਲਣਗੇ ਤੁਹਾਨੂੰ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਬੇਸਿਕਲੀ ਗੈਪ ਦੀ। ਗੈਪ ਜਿਹੜਾ ਹੈਗਾ ਯੂਰੋਪੀਅਨ ਯੂਨੀਅਨ ਦੇ ਅੰਦਰ ਬਿਲਕੁਲ ਐਕਸੈਪਟਿਡ ਹੈ। ਜ਼ਰੂਰਤ ਹੈਗੀ ਗੈਪ ਦੇ ਜਸਟੀਫਾਈ ਕਰਨ ਦੀ। ਤੁਹਾਡੀ ਯੂਨੀਵਰਸਿਟੀ ਜਿਹੜੀ ਹੈਗੀ ਨੇ ਉਹਨਾਂ ਨੇ ਤੁਹਾਨੂੰ ਐਡਮਿਸ਼ਨ ਦੇਣਾ ਹੈ, ਇਹ ਸੋਚ ਕੇ ਤੁਸੀਂ ਪੜ੍ਹਨ ਜਾ ਰਹੇ ਹੋ, ਗੈਪ ਦੇ ਅੰਦਰ ਕੋਈ ਦਿੱਕਤ ਨਹੀਂ ਆਉਂਦੀ। ਯੂਰਪ ਦੇ ਅੰਦਰ ਇੱਕ ਕਹਾਵਤ ਹੈ ਕਿ ਵੀ ਲਾਈਫ ਲੌਂਗ ਲਰਨਿੰਗ, ਸਾਰੀ ਜ਼ਿੰਦਗੀ ਪੜ੍ਹਾਈ ਕਰੋ।
ਲੇਕਿਨ ਜੇ ਤੁਸੀਂ ਪੜ੍ਹਾਈ ਨੂੰ ਸਿਰਫ ਆਪਣੀ ਇੱਕ ਐਂਟਰੀ ਦਾ ਮੌਕਾ ਲੈ ਕੇ ਚੱਲ ਰਹੇ ਹੋ ਤਾਂ ਤੁਸੀਂ ਬੇਸਿਕਲੀ ਆਪਣੇ ਆਪ ਦੇ ਨਾਲ ਠੱਗੀ ਮਾਰ ਰਹੇ ਹੋ। ਅੱਜ ਦੇ ਬੱਚੇ ਨੂੰ ਇਹ ਸਮਝਣਾ ਜ਼ਰੂਰੀ ਹੈਗਾ ਵੀ ਪੜ੍ਹਾਈ ਤੋਂ ਬਗੈਰ ਲਾਈਫ ਨਹੀਂ ਬਣਦੀ ਹੈਗੀ। ਐਜ਼ ਏ ਕੰਸਲਟੈਂਟ ਮੈਂ ਤੁਹਾਨੂੰ ਇਸ ਕਰਕੇ ਨਹੀਂ, ਮੈਂ ਮੰਚ 'ਤੇ ਬੋਲ ਰਿਹਾ ਹੈਗਾ ਜਾਂ ਮੈਂ ਕੋਈ ਬੱਚੇ ਨੂੰ ਕਨਵਿੰਸ ਕਰ ਜਾਂਦਾ ਵੀ ਅੱਜ ਦੇ ਬੱਚੇ ਨੂੰ ਜ਼ਰੂਰਤ ਹੈਗੀ, ਪੰਜਾਬ ਦੇ ਬੱਚੇ ਨੂੰ ਖਾਸ ਕਰ ਜਿਹੜੇ ਇੰਗਲਿਸ਼ ਮੀਡੀਅਮ ਤੋਂ ਨਹੀਂ ਪੜ੍ਹ ਰਹੇ ਹੈਗੇ ਨੇ। ਅਤੇ ਕਵਿਤਾ ਜੀ ਮੈਂ ਕਾਫੀ ਦੇਖੇ ਨੇ ਬੱਚੇ ਜਿਹਨਾਂ ਦੀ ਇੰਗਲਿਸ਼ ਪੂਅਰ ਹੁੰਦੀ ਹੈ ਅਤੇ ਉਹ ਇੱਕ ਇੱਕ ਸਾਲ ਆਇਲ ਸੈਂਟਰ ਦੇ ਅੰਦਰ ਲਾਉਂਦੇ ਨੇ ਪਰ ਉਹਨਾਂ ਦੇ 5 ਬੈਂਡ ਤੋਂ ਲੈ ਕੇ 6 ਬੈਂਡ ਨਹੀਂ ਆਉਂਦੇ ਕਿਉਂਕਿ ਉਹਨਾਂ ਨੂੰ ਇਨਵਾਇਰਮੈਂਟ ਨਹੀਂ ਮਿਲਿਆ। ਜ਼ਰੂਰਤ ਹੈਗੀ ਆਪਣੇ ਇਨਵਾਇਰਮੈਂਟ ਨੂੰ ਚੇਂਜ ਕਰਨ ਦੀ। ਜੇ ਤੁਸੀਂ ਚੰਗੀ ਇੰਗਲਿਸ਼ ਨਹੀਂ ਬੋਲਦੇ ਹੋ ਅਸੀਂ ਤੁਹਾਡਾ ਵੀਜ਼ਾ ਨਹੀਂ ਅਪਲਾਈ ਕਰਾਂਗੇ ਕਿਸੇ ਵੀ ਯੂਰਪੀਅਨ ਕੰਟਰੀ 'ਚ। ਅਸੀਂ ਤੁਹਾਨੂੰ ਇੰਗਲਿਸ਼ ਲੈਂਗੁਏਜ ਦਾ ਪਾਥਵੇ ਕਰਾਵਾਂਗੇ ਯੂਰਪੀਅਨ ਕੰਟਰੀ ਦੇ ਅੰਦਰ ਜਿੱਥੇ ਤੁਹਾਡਾ ਇੰਟਰਵਿਊ ਨਹੀਂ ਹੋਏਗਾ। ਉਸ ਤੋਂ ਬਾਅਦ ਅਸੀਂ ਤੁਹਾਨੂੰ ਡੈਨਮਾਰਕ, ਸਵੀਡਨ ਵਰਗੇ ਮੁਲਕਾਂ 'ਚ ਟ੍ਰਾਂਸਫਰ ਕਰਾਂਗੇ ਡਿਊ ਥਰੂ ਦ ਪਾਥਵੇ ਪ੍ਰੋਗਰਾਮ। ਗੱਲ ਕਰਾਂਗੇ ਪਾਥਵੇ ਪ੍ਰੋਗਰਾਮ ਦੀ ਬਹੁਤ ਡਿਟੇਲ 'ਚ, ਲੇਕਿਨ ਅਗਲੇ ਸਪਤਾਹ ਸੰਡੇ ਨੂੰ ਗੱਲ ਕਰਾਂਗੇ, ਡਿਸਕਸ ਕਰਾਂਗੇ ਕਿੱਦਾਂ ਜਿਹੜੇ ਬੱਚੇ ਹੈਗੇ ਨੇ ਜਿਹੜੇ ਇੰਗਲਿਸ਼ ਨਹੀਂ ਬੋਲ ਪਾਉਂਦੇ ਚੰਗੀ, ਜਿਹਨਾਂ ਦੇ ਬੈਂਡ ਨਹੀਂ ਆ ਪਾਉਂਦੇ ਨੇ, ਜਿਹੜੇ ਪੂਰੀ ਕੋਸ਼ਿਸ਼ ਕਰ ਚੁੱਕੇ ਨੇ, ਜਿਹੜੇ ਟੋਪ ਦੇ ਟੋਪ ਚੰਡੀਗੜ੍ਹ ਦੇ ਜਾਂ ਜਲੰਧਰ ਦੇ ਨਜ਼ਾਣੇ ਦੇ ਟੋਪ ਆਇਲ ਸੈਂਟਰ ਜਾ ਕੇ ਆਪਣੇ ਸਾਲ ਸਾਲ ਬਰਬਾਦ ਕਰ ਚੁੱਕੇ ਨੇ, ਲੇਕਿਨ ਫਿਰ ਵੀ ਉਹਨਾਂ ਦਾ ਆਇਲਟੀਸ 5 ਬੈਂਡ ਹੈਗਾ, ਉਹਨਾਂ ਦੇ ਵਾਸਤੇ ਯੂਰਪ ਕੀ ਕਹਿੰਦਾ ਹੈ ਇਹ ਅਸੀਂ ਅਗਲੇ ਸਪਤਾਹ ਸੰਡੇ 'ਚ ਗੱਲ ਕਰਾਂਗੇ। ਬਟ ਡੈਫੀਨੇਟਲੀ ਸਵੀਡਨ ਅਤੇ ਡੈਨਮਾਰਕ ਦੇ ਬਾਰੇ ਤੁਸੀਂ ਬੇਫਿਕਰ ਹੋ ਜਾਓਗੇ, ਤੁਹਾਡੇ ਕੋਲ ਸਭ ਤੋਂ ਬੈਟਰ ਆਪਸ਼ਨ ਇਹਨਾਂ ਦੋ ਕੰਟਰੀ 'ਚ ਅਵੇਲੇਬਲ ਹੈ। ਸੋ ਯੂਰਪ ਜੀ, ਯੂਰਪ ਦੀ ਗੱਲ ਕਰ ਰਹੇ ਹਾਂ, ਯੂਰਪ ਦੇ ਵਿੱਚ ਬਹੁਤ ਜ਼ਿਆਦਾ ਸਾਡੇ ਕੋਲ ਅਪੋਰਚੁਨਿਟੀਜ਼ ਹੈਗੀਆਂ ਨੇ, ਆਪਸ਼ਨਸ ਹੈਗੀਆਂ ਨੇ ਕਿ ਹਾਂਜੀ ਅਸੀਂ ਯੂਰਪ ਦੇ ਕਿਸ ਪਾਰਟ ਦੇ ਵਿੱਚ ਜਾ ਸਕਦੇ ਹਾਂ। ਬਕਾਇਦਾ ਕਿ ਉਹਦੇ ਵਾਸਤੇ ਐਲੀਜੀਬਿਲਿਟੀ ਜਿਹੜੀ ਹੈ ਜੀ ਉਹ ਤੁਹਾਡੀ ਚੈੱਕ ਕੀਤੀ ਜਾਏਗੀ, ਤੁਸੀਂ ਆਪਣੀ ਅਸੈਸਮੈਂਟ ਕਰਵਾ ਸਕਦੇ ਹੋ ਜੀ, ਤੁਸੀਂ ਆਪਣੀ ਕਾਊਂਸਲਿੰਗ ਕਰਵਾ ਸਕਦੇ ਹੋ। ਜਿਹੜੇ ਨੰਬਰ ਫਲੈਸ਼ ਹੋ ਰਹੇ ਨੇ ਇਹਨਾਂ ਤੋਂ ਉੱਤੇ ਕਾਲ ਕਰਕੇ ਤੁਸੀਂ ਆਪਣਾ ਜਿਹੜਾ ਵੀ ਤੁਹਾਡਾ ਬੈਕਗਰਾਊਂਡ ਹੈਗਾ ਉਹਦੇ ਬਾਰੇ ਦੱਸ ਸਕਦੇ ਹੋ ਕਿ ਹਾਂਜੀ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ। ਸੋ ਫਿਲਹਾਲ ਥੋੜ੍ਹੀ ਬਹੁਤ ਜਿਹੜੀ ਤੁਹਾਨੂੰ ਗਾਈਡੈਂਸ ਹੈ ਜੀ ਉਹ ਫੋਨ ਦੇ ਜ਼ਰੀਏ ਵੀ ਮਿਲ ਜਾਏਗੀ, ਬਟ ਬੈਟਰ ਰਹੇਗਾ ਅਗਰ ਤੁਸੀਂ ਆਫਿਸ ਵਿਜ਼ਿਟ ਕਰਦੇ ਹੋ ਆਪਣੇ ਡਾਕੂਮੈਂਟਸ ਲੈ ਕੇ, ਤਾਂ ਕਿ ਫੇਸ ਟੂ ਫੇਸ ਮੇਰੇ ਖਿਆਲ ਦੇ ਵਿੱਚ ਬੈਟਰ ਤਰੀਕੇ ਦੇ ਨਾਲ ਅਸੀਂ ਜਾਂਚ ਸਕਦੇ ਹਾਂ ਕਿ ਹਾਂਜੀ ਵਾਕਿਆ ਦੇ ਵਿੱਚ ਜਿਹੜਾ ਕੰਸਲਟੈਂਟ ਜਿਹਦੇ ਕੋਲ ਅਸੀਂ ਗਏ ਹਾਂ ਕਿ ਵਾਕਿਆ ਦੇ ਵਿੱਚ ਸਾਨੂੰ ਸਹੀ ਸਲਾਹ ਦੇ ਰਿਹਾ ਜਾਂ ਫਿਰ ਨਹੀਂ, ਉਸਦਾ ਸਟਾਫ ਕਿਸ ਤਰ੍ਹਾਂ ਦਾ ਹੈਗਾ, ਉਹ ਮਿਲਣਸਾਰ ਹੈ ਜਾਂ ਫਿਰ ਨਹੀਂ, ਕਿੰਨਾ ਕੁ ਉਹਦਾ ਆਫਿਸ ਹੈਗਾ, ਮਾਰਕੀਟ ਦੇ ਵਿੱਚ ਕਿੰਨੇ ਟਾਈਮ ਤੋਂ ਉਹ ਆਲਰੇਡੀ ਉਸ ਕੰਮ ਦੇ ਵਿੱਚ ਮਾਹਿਰ ਹੈਗਾ। ਇਹ ਸਾਰੀਆਂ ਚੀਜ਼ਾਂ ਤੁਸੀਂ ਖੁਦ ਦੇਖਿਆ ਕਰੋ, ਜਾਇਆ ਕਰੋ। ਸੋ ਇਸ ਕਰਕੇ ਵਿਦਾਊਟ ਟਾਈਮ ਵੇਸਟ ਕੀਤੇ ਜੀ, ਕਿਉਂਕਿ ਵੈਸੇ ਤਾਂ ਹਾਲਾਂਕਿ ਗੈਪ ਦੀ ਵੀ ਇੱਥੇ ਕੋਈ ਪ੍ਰੋਬਲਮ ਨਹੀਂ ਹੈਗੀ, ਬਟ ਹਾਂ ਉਸ ਗੈਪ ਦੇ ਬਿਟਵੀਨ ਤੁਸੀਂ ਕੀ ਕੰਮ ਕੀਤਾ ਇਹਦੀ ਐਕਸਪਲੇਨੇਸ਼ਨ ਤੁਹਾਨੂੰ ਜ਼ਰੂਰ ਦੇਣੀ ਪਏਗੀ। ਸੋ ਦੋਸਤੋ, ਸਾਡੇ ਨਾਲ ਅੱਜ ਇੰਡੋ ਯੂਰਪੀਅਨ ਤੋਂ ਮਿਸਟਰ ਦੀਪਿੰਦਰ ਬਾਵਾ, ਸਟੱਡੀ ਵੀਜ਼ਾ ਐਕਸਪਰਟ। ਲਾਸਟ ਟਾਈਮ ਵੀ ਅਸੀਂ ਡਿਸਕਸ ਕੀਤਾ ਸੀ ਯੂਰਪੀਅਨ ਕੰਟਰੀਜ਼ ਨੂੰ ਲੈ ਕੇ ਕੀ ਕੀ ਰਿਕੁਆਇਰਮੈਂਟ ਰਹਿੰਦੀ ਹੈ, ਕਿਹੜੇ ਸਟੂਡੈਂਟਸ ਦੇ ਵਾਸਤੇ ਇਹ ਆਪਸ਼ਨ ਹੈਗੀ ਹੈ। ਸੋ ਅੱਜ ਵੀ ਅਸੀਂ ਗੱਲ ਕਰ ਰਹੇ ਹਾਂ ਜੀ ਯੂਰਪ ਦੀ, ਯਾਨੀ ਕਿ ਡੈਨਮਾਰਕ ਅਤੇ ਸਵੀਡਨ ਦੀ। ਹਾਲਾਂਕਿ ਕੰਪੇਅਰ ਸਾਨੂੰ ਦੋਨੋਂ ਕੰਟਰੀਜ਼ ਦਾ ਕਰ ਦਿੱਤਾ ਗਿਆ ਹੈਗਾ ਸਾਡੇ ਸਟੱਡੀ ਵੀਜ਼ਾ ਐਕਸਪਰਟ ਦੇ ਵੱਲੋਂ। ਸੋ ਜਿਹੜੇ ਸਟੂਡੈਂਟਸ ਸੋਚਦੇ ਨੇ ਕਿ ਹਾਂਜੀ ਮੈਂ ਸਵੀਡਨ ਜਾਣਾ ਚਾਹੁੰਦਾ, ਜਾਂ ਕਈਆਂ ਵਾਸਤੇ ਜਿਹਨੂੰ ਲੱਗਦਾ ਕਿ ਬੈਟਰ ਆਪਸ਼ਨ ਹੈ ਕਿ ਜੀ ਮੈਂ ਡੈਨਮਾਰਕ ਚਲਾਓ ਜਾਵਾਂ, ਮੇਰੇ ਵਾਸਤੇ ਡਿਪਲੋਮਾ ਦੀ ਇੱਥੇ ਮੈਨੂੰ ਆਪਸ਼ਨ ਮਿਲ ਰਹੀ ਹੈ, ਸੋ ਤੁਸੀਂ ਇਹਨਾਂ ਵਾਸਤੇ ਜ਼ਰੂਰ ਅਪਲਾਈ ਕਰ ਸਕਦੇ ਹੋ। ਅੱਛਾ, ਮੈਂ ਹੁਣ ਸਪਾਊਸ ਕੇਸ ਦੇ ਉੱਤੇ ਆਵਾਂਗੀ। ਸਪਾਊਸ ਕੇਸ ਨੇ ਕਿਸ ਤਰ੍ਹਾਂ ਅਪਲਾਈ ਕਰਨਾ, ਉਹਦੇ ਵਾਸਤੇ ਕੀ ਕੀ ਕੰਡੀਸ਼ਨ ਯਾਨੀ ਕਿ ਸ਼ਰਤਾਂ ਰਹਿੰਦੀਆਂ ਨੇ? ਸਪਾਊਸ ਦੇ ਅੰਦਰ ਸ਼ਰਤਾਂ ਬਹੁਤ ਸਿੰਪਲ ਹੈਗੀਆਂ ਨੇ। ਦੋਨੋਂ ਕੰਟਰੀਆਂ ਦੇ ਅੰਦਰ ਸਪਾਊਸ ਨੂੰ ਕੰਮ ਕਰਨ ਦੀ ਪਰਮਿਸ਼ਨ ਹੈਗੀ। ਸਪਾਊਸ 24/7 ਕੰਮ ਕਰ ਸਕਦਾ ਹੈਗਾ। ਸਪਾਊਸ ਜੋ ਕਿਸੇ ਵੀ ਫੀਲਡ 'ਚ ਕੰਮ ਕਰਨ 'ਚ ਕੋਈ ਰੋਕ ਟੁੱਟ ਨਹੀਂ ਹੈਗੀ। ਅਤੇ ਸਭ ਤੋਂ ਚੰਗੀ ਗੱਲ ਹੈਗੀ, ਡੈਨਮਾਰਕ ਦੇ ਅੰਦਰ 5.5 ਲੱਖ 'ਤੇ ਤੁਹਾਨੂੰ ਟੈਕਸ ਨਹੀਂ ਪਏਗਾ ਐਜ਼ ਏ ਇੰਡੀਅਨ ਸਿਟੀਜ਼ਨ, ਅਤੇ ਸਪਾਊਸ ਵੀਜ਼ੇ ਹੈਗਾ ਤਾਂ ਵੀ ਨਹੀਂ ਪਏਗਾ। ਲੇਕਿਨ ਕੁਸ਼ਚਨ ਇਹ ਹੈ ਕਿ ਸਪਾਊਸ ਦੇ ਵੀਜ਼ਾ ਅਪਲਾਈ ਕਿਸ ਤਰ੍ਹਾਂ ਕਰੀਏ? ਜੇ ਤੁਸੀਂ ਅਪਲਾਈ ਚਾਹੁੰਦੇ ਹੋ ਕਰਨਾ ਇਕੱਠੇ ਅਪਲਾਈ ਕਰ ਚਾਹੁੰਦੇ ਹੋ, ਤੁਸੀਂ ਇਕੱਠੇ ਵੀ ਅਪਲਾਈ ਕਰ ਸਕਦੇ ਹੋ। ਲੇਕਿਨ ਅਸੀਂ ਕੇਸ ਬਾਏ ਕੇਸ ਦੇਖ ਕੇ ਹੀ ਬੱਚੇ ਨੂੰ ਰਿਕਮੈਂਡ ਕਰਦੇ ਹਾਂ। ਕੁਛ ਕੇਸਿਸ ਦੇ ਅੰਦਰ ਅਸੀਂ ਐਪਲੀਕੇਸ਼ਨ ਇਕੱਠੀ ਅਪਲਾਈ ਕਰ ਦਿੰਦੇ ਹਾਂ, ਪਰ ਕੁਛ ਕੇਸਿਸ ਦੇ ਅੰਦਰ ਅਸੀਂ ਐਪਲੀਕੇਸ਼ਨ ਨੂੰ ਇਕੱਠਾ ਨਹੀਂ ਅਪਲਾਈ ਕਰਦੇ ਕਿਉਂਕਿ ਰਿਫਿਊਜ਼ਲ ਦੇ ਚਾਂਸਿਸ ਕਾਫੀ ਹਾਈ ਹੁੰਦੇ ਨੇ। ਲੇਕਿਨ ਉਹੀ ਐਪਲੀਕੇਸ਼ਨ ਜੇ ਮੈਂ ਪਹਿਲਾਂ ਐਪਲੀਕੈਂਟ ਦਾ ਵੀਜ਼ਾ ਲੈ ਕੇ ਆ ਜਾਂ, ਇਗਜ਼ਾਮਪਲ ਕਰਦੇ ਹਾਂ ਵੀ ਇੱਕ ਵਾਈਫ ਜਾ ਰਹੀ ਹੈ ਐਪਲੀਕੈਂਟ ਬਣ ਕੇ ਅਤੇ ਉਹਨੇ ਅਪਲਾਈ ਕੀਤਾ ਹੈਗਾ ਸਵੀਡਨ ਦੇ ਅੰਦਰ, ਅਸੀਂ ਉਹਦਾ ਵੀਜ਼ਾ ਹੁਣੇ ਅਪਲਾਈ ਕਰ ਦਾਂਗੇ, ਉਹ ਵੀਜ਼ਾ ਸਾਡੇ ਕੋਲ 60 ਦਿਨਾਂ 'ਚ ਆ ਜਾਏਗਾ। ਉਸ ਤੋਂ ਬਾਅਦ ਅਸੀਂ ਕੁੜੀ ਨੂੰ ਫਲਾਈ ਕਰਨ ਤੋਂ ਪਹਿਲਾਂ, ਸਟੂਡੈਂਟ ਨੂੰ ਫਲਾਈ ਕਰਨ ਤੋਂ ਪਹਿਲਾਂ ਅਸੀਂ ਹਸਬੈਂਡ ਦਾ ਅਤੇ ਬੱਚੇ ਦੇ ਵੀਜ਼ੇ ਵੀ ਅਪਲਾਈ ਕਰ ਦਾਂਗੇ। ਲੇਕਿਨ ਇਹ ਤਾਂ ਹੀ ਪੋਸੀਬਲ ਹੈ ਜੇ ਸਟੂਡੈਂਟ ਮੇਰੇ ਕੋਲ ਇਸ ਟਾਈਮ ਆ ਕੇ ਆਪਣੀ ਫਾਈਲ ਨੂੰ ਪ੍ਰੋਸੈਸ ਕਰਾਏ। ਜਿਹੜਾ ਸਟੂਡੈਂਟ ਮੇਰੇ ਕੋਲ ਅਪ੍ਰੈਲ ਮਈ 'ਚ ਆ ਕੇ ਆਪਣੀ ਫਾਈਲ ਪ੍ਰੋਸੈਸ ਕਰਾਏਗਾ, ਉਹਦੇ ਅੰਦਰ ਮੈਂ ਦੋਨਾਂ ਹਸਬੈਂਡ ਵਾਈਫ ਨੂੰ ਇਕੱਠੇ ਅਪਲਾਈ ਨਹੀਂ ਕਰ ਸਕਦਾ, ਉਹਨਾਂ ਨੂੰ 1 by 1 ਜਾਣਾ ਪਏਗਾ। ਇਸ ਕਰਕੇ ਕਾਫੀ ਕੰਪਲੀਕੇਸ਼ਨ ਆ ਜਾਂਦੀ ਨੇ। ਮੇਰਾ ਇੱਕ ਬੇਨਤੀ ਹੈ ਸਾਰੇ ਵਿਊਜ਼ ਨਾਲ ਵੀ, ਜੇ ਤੁਸੀਂ ਡੈਨਮਾਰਕ ਸਟੂਡੈਂਟ ਨੂੰ ਦੇਖ ਰਹੇ ਹੋ ਤਾਂ ਪਲੀਜ਼ ਆਪਣੀ ਐਪਲੀਕੇਸ਼ਨ ਡੈਡਲਾਈਨ ਦੀ ਰਿਸਪੈਕਟ ਕਰੋ।
ਬਾਕੀ ਮੁਲਕਾਂ ਦੇ ਅੰਦਰ ਲੇਟ ਐਪਲੀਕੇਸ਼ਨ ਚੱਲ ਜਾਂਦੀ ਹੈਗੀ ਨੇ, ਲੇਕਿਨ ਡੈਨਮਾਰਕ ਦੇ ਅੰਦਰ ਖਾਸ ਕਰ ਨਹੀਂ ਐਪਲੀਕੇਸ਼ਨ ਲੇਟ ਚੱਲੇਗੀ। ਸਵੀਡਨ ਦੇ ਅੰਦਰ ਜੇ ਸੀਟਾਂ ਬਚ ਗਈਆਂ ਸੈਕਿੰਡ ਰਾਊਂਡ 'ਚ, ਪਹਿਲਾ ਰਾਊਂਡ 15 ਜਨਵਰੀ ਨੂੰ ਖਤਮ ਹੋ ਚੁੱਕਿਆ ਹੈ, universitystudies.sweden ਜਾ ਕੇ ਤੁਸੀਂ ਇਹ ਚੈੱਕ ਕਰ ਸਕਦੇ ਹੋ। ਸੈਕਿੰਡ ਰਾਊਂਡ ਦੀ ਡੈਡਲਾਈਨ ਜਿਹੜੀ ਹੈਗੀ ਉਹ ਹੁਣ ਚੱਲ ਰਹੀ ਹੈ, ਇਸ ਤੋਂ ਬਾਅਦ ਜੋ ਥੋੜ੍ਹੀ ਬਹੁਤ ਸੀਟਾਂ ਬਚ ਜਾਣਗੀਆਂ ਉਹਨਾਂ ਨੂੰ ਥਰਡ ਰਾਊਂਡ 'ਚ ਲਾਇਆ ਜਾਏਗਾ, ਨਹੀਂ ਤਾਂ ਮੇਰੇ ਖਿਆਲ ਨਾਲ, ਮੇਰੇ ਤਜਰਬੇ ਨਾਲ, ਇਸ ਤੋਂ ਬਾਅਦ ਇਸ ਸਾਲ ਥਰਡ ਰਾਊਂਡ ਆਏਗਾ ਹੀ ਨਹੀਂ। ਇਸ ਕਰਕੇ ਜੇ ਤੁਸੀਂ ਸਵੀਡਨ ਬਾਰੇ ਅਤੇ ਡੈਨਮਾਰਕ ਬਾਰੇ ਜਾਣਾ ਚਾਹੁੰਦੇ ਹੋ, ਆਪਣੀ ਐਪਲੀਕੇਸ਼ਨ ਪ੍ਰੋਸੈਸ ਕਰਨਾ ਚਾਹੁੰਦੇ ਹੋ, ਮੈਨੂੰ ਪਰਸਨਲੀ ਆ ਕੇ ਮੇਰੇ ਚੰਡੀਗੜ੍ਹ ਆਫਿਸ 'ਚ, ਲੁਧਿਆਣਾ ਆਫਿਸ 'ਚ ਜਾਂ ਅੰਮ੍ਰਿਤਸਰ ਆਫਿਸ 'ਚ ਮਿਲੋ। ਮੈਂ ਆਉਣ ਵਾਲੇ ਵੀਕ 'ਚ ਅਵੇਲੇਬਲ ਹੈਗਾ, ਪਰਸਨਲੀ ਡਿਸਕਸ ਕਰਾਂਗੇ ਤੁਹਾਡੇ ਐਪਲੀਕੇਸ਼ਨ ਬਾਰੇ, ਯੂਨੀਵਰਸਿਟੀ ਡਿਸਕਸ ਕਰਾਂਗੇ, ਪ੍ਰੋਗਰਾਮ ਡਿਸਕਸ ਕਰਾਂਗੇ, ਬਈ ਕਿਹੜਾ ਰੂਟ ਬਣਾਈਏ ਕਿ ਵੀ ਤੁਹਾਡੀ ਜਿਹੜੀ ਐਪਲੀਕੇਸ਼ਨ ਹੈਗੀ ਉਹ ਇਸ ਸਤੰਬਰ ਇਨਟੇਕ 'ਚ ਜਾ ਕੇ ਸਕਸੈਸਫੁਲ ਹੋ ਸਕੇ, ਤੁਹਾਨੂੰ ਵੀਜ਼ਾ ਮਿਲ ਸਕੇ। ਕਾਫੀ ਬੱਚੇ ਮੇਰੇ ਕੋਲ ਜਦੋਂ ਆਉਂਦੇ ਨੇ ਆਪਣੇ ਵੀਜ਼ਾ ਰਿਫਿਊਜ਼ ਲੈ ਕੇ ਆਉਂਦੇ ਨੇ, ਸਵੀਡਨ ਦੇ ਜਾਂ ਡੈਨਮਾਰਕ ਦੇ ਜਾਂ ਪੋਰਚੁਗਲ ਦੇ, ਪੋਲੈਂਡ ਦੇ, ਬਹੁਤ ਦੁੱਖ ਹੁੰਦਾ ਵੀ ਚੰਗੇ ਚੰਗੇ ਬੱਚੇ, 6 ਬੈਂਡ 6.5 ਬੈਂਡ ਦੇ ਬੱਚੇ ਵੀ ਆਪਣਾ ਕੇਸ ਕਿਸੇ ਅਨਪ੍ਰੋਫੈਸ਼ਨਲ ਏਜੰਸੀ ਤੋਂ ਕਰਵਾ ਕੇ ਆਪਣੀ ਰਿਫਿਊਜ਼ਲ ਲੈ ਕੇ ਆਉਂਦੇ ਨੇ, ਅਤੇ ਉਸ ਟਾਈਮ 'ਤੇ ਦੁੱਖ ਹੁੰਦਾ। ਇਸ ਕਰਕੇ ਅਸੀਂ ਇਸ ਮੰਚ 'ਤੇ ਕਹਿੰਦੇ ਹਾਂ ਵੀ ਆਓ, ਪ੍ਰੋਫਾਈਲ ਡਿਸਕਸ ਕਰੋ, ਸ਼ਾਰਟਲਿਸਟਿੰਗ ਕਰਾਓ, ਉਸ ਤੋਂ ਬਾਅਦ ਆਪਣੀ ਚੋਇਸ ਆਪ ਕਰੋ ਵੀ ਤੁਸੀਂ ਕਿਹੜੇ ਏਜੰਸੀ ਕੋਲ ਆਪਣੀ ਐਪਲੀਕੇਸ਼ਨ ਅਪਲਾਈ ਕਰਨੀ ਹੈਗੀ, ਅਤੇ ਤੁਹਾਡੀ ਏਜੰਸੀ ਦਾ, ਮੈਮ ਨੇ ਕਿਹਾ ਵੀ ਕਵਿਤਾ ਜੀ ਨੇ ਕਿਹਾ, ਆਪਣੇ ਏਜੰਸੀ ਦਾ ਐਕਸਪੀਰੀਅੰਸ ਜ਼ਰੂਰ ਚੈੱਕ ਕਰੋ, ਉਹਨਾਂ ਦੀ ਪਰਸਨਲ ਕੁਆਲੀਫਿਕੇਸ਼ਨ ਚੈੱਕ ਕਰੋ, ਉਹਨਾਂ ਦੇ ਪਰਸਨਲ ਟੈਸਟੀਮੋਨੀਅਲਸ ਚੈੱਕ ਕਰੋ, ਮਾਰਕੀਟ 'ਚ ਕਿੰਨੇ ਟਾਈਮ 'ਚ ਬੈਠੇ ਨੇ, ਅਤੇ ਕਿਹੜੀ ਕੰਟਰੀ ਦੇ ਐਕਸਪਰਟ ਹੈਗੇ ਨੇ। ਇੰਡੋ ਯੂਰੋਪੀਅਨ, ਨਾ ਕੈਨੇਡਾ, ਨਾ ਨਿਊਜ਼ੀਲੈਂਡ, ਨਾ ਆਸਟ੍ਰੇਲੀਆ, ਸਿਰਫ ਯੂਰੋਪੀਅਨ ਯੂਨੀਅਨ ਦੀ ਐਕਸਪਰਟ ਹੈਗੀ, ਅਤੇ ਯੂਰੋਪੀਅਨ ਯੂਨੀਅਨ 'ਤੇ ਹੀ ਫੋਕਸ ਕਰਦੀ ਹੈਗੀ। ਔਗਸਟ ਦਾ ਫਿਲਹਾਲ ਇਨਟੇਕ ਹੈ ਜੀ ਤੁਹਾਡੇ ਵਾਸਤੇ, ਯੂਰਪ ਦੀ ਅਗਰ ਅਸੀਂ ਗੱਲ ਕਰੀਏ, ਅਤੇ ਇਸ ਲਈ ਤੁਸੀਂ 15 ਮਾਰਚ ਤੱਕ ਆਪਣੇ ਜਿਹੜੀਆਂ ਫਾਈਲਾਂ ਨੇ ਉਹ ਸਬਮਿਟ ਕਰਵਾ ਸਕਦੇ ਹੋ। ਅੱਛਾ, ਹੁਣ 15 ਮਾਰਚ ਤੱਕ ਦਾ ਤੁਸੀਂ ਟਾਈਮ ਦਿੱਤਾ ਸਟੂਡੈਂਟ ਨੂੰ, ਯਾਨੀ ਕਿ ਵੀਜ਼ਾ ਦਾ ਪ੍ਰੋਸੈਸ ਜਿਹੜਾ ਹੈਗਾ ਉਹ ਕਿਸ ਅਕੋਰਡਿੰਗ ਚੱਲੇਗਾ, ਕਿੰਨੇ ਟਾਈਮ ਦੇ ਵਿੱਚ ਵੀਜ਼ਾ ਆਏਗਾ? ਅੱਛਾ, ਫਿਰ ਉਸ ਤੋਂ ਬਾਅਦ ਤੁਸੀਂ ਕਹਿ ਰਹੇ ਸੀ ਕਿ ਮੀਨਜ਼ ਇੰਟਰਵਿਊ ਜਿਹੜੀ ਹੈਗੀ ਆ ਉਹ ਵੀ ਹੋ ਜਾਂਦੀ ਹੈ, ਸੋ ਇੰਟਰਵਿਊ ਇਜ਼ ਮਸਟ ਕਿ ਮੀਨਜ਼ ਜਿੰਨੇ ਵੀ ਹੁਣ ਸਾਰੇ ਸਾਡੇ ਜਿੰਨੇ ਵੀ ਐਪਲੀਕੈਂਟ ਹੋਣਗੇ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਯੂਰਪ ਦੇ ਵਾਸਤੇ, ਹੁਣ ਜਿੰਨੇ ਵੀ ਅਪਲਾਈ ਕਰਦੇ ਨੇ ਮੀਨਜ਼ ਇੰਟਰਵਿਊ ਸਾਰਿਆਂ ਦੀ ਆਉਂਦੀ ਹੈ? ਬਿਲਕੁਲ ਕਵਿਤਾ ਜੀ, ਸਾਰੇ ਸਟੂਡੈਂਟਸ ਦੀ ਇੰਟਰਵਿਊ ਆਉਂਦੀ ਹੈਗੀ, ਸਾਡੀ ਬਹੁਤ ਬੈਟਰ ਐਕਸਪਰਟ ਟੀਮ ਹੈਗੀ 3 ਸੈਂਟਰ ਦੇ ਅੰਦਰ ਪੰਜਾਬ 'ਚ, ਜਿਹੜੀ ਬੱਚਿਆਂ ਨੂੰ ਟ੍ਰੇਨ ਕਰਦੀ ਹੈ। ਸਾਡੇ VTP, ਸਾਡੇ ਵੀਜ਼ਾ ਟ੍ਰੇਨਿੰਗ ਪ੍ਰੋਗਰਾਮਸ ਹੈਗੇ, ਹਰ ਬੱਚੇ ਨੂੰ ਆਪਣੀ ਵੀਜ਼ਾ ਟ੍ਰੇਨਿੰਗ ਪ੍ਰੋਗਰਾਮ ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ 'ਚ ਕਿਸੇ ਇੱਕ ਸੈਂਟਰ 'ਚ ਜਾ ਕੇ ਲੈਣੀ ਪੈਂਦੀ ਹੈਗੀ, ਜਿੱਥੇ ਅੰਦਰ ਤੁਹਾਨੂੰ ਟ੍ਰੇਨ ਕੀਤਾ ਜਾਂਦਾ ਤੁਸੀਂ ਆਪਣੀ ਇੰਟਰਵਿਊ ਨੂੰ ਕਿੱਦਾਂ ਕਰੈਕ ਕਰਨਾ ਹੈਗਾ, ਤੁਹਾਡੇ ਨਾਲ ਪ੍ਰੋਪਰ ਟ੍ਰੇਨਿੰਗ ਕੋਚਿੰਗ ਪ੍ਰੋਗਰਾਮ ਹੁੰਦਾ ਹੈਗਾ। ਬੱਚੇ ਨੂੰ ਇਸ ਟ੍ਰੇਨਿੰਗ ਪ੍ਰੋਗਰਾਮ ਵਾਸਤੇ ਐਕਸਟਰਾ ਕੋਈ ਪੇ ਕਰਨ ਜ਼ਰੂਰਤ ਨਹੀਂ ਹੈਗੀ, ਸਰਵਿਸ ਫੀ ਨਹੀਂ ਪੇ ਕਰਨ ਜ਼ਰੂਰਤ ਹੈਗੀ। ਬੱਚੇ ਨੂੰ ਪੂਰੀ ਤਰੀਕੇ ਨਾਲ ਸਾਡੇ ਐਕਸਪਰਟ ਟ੍ਰੇਨਰ ਹੈਗੇ ਨੇ, ਉਹ ਦੱਸਦੇ ਨੇ ਵੀ ਕਿਸ ਤਰ੍ਹਾਂ ਆਪਣੇ ਐਮਬੈਸੀ ਦੇ ਇੰਟਰਵਿਊ ਨੂੰ ਟੈਕਲ ਕਰਨਾ ਹੈਗਾ। ਮਲਟੀਪਲ ਟਾਈਮ ਬੱਚੇ ਨੂੰ ਇੰਟਰਵਿਊ ਹੁੰਦੇ ਨੇ, ਇਸ ਕਰਕੇ ਸਾਡਾ ਵੀਜ਼ਾ ਰੇਟ ਜਿਹੜਾ ਹੈਗਾ ਉਹ ਕਾਫੀ ਸਟਰੋਂਗ ਹੈਗਾ, ਕਿਉਂਕਿ ਅਸੀਂ ਬੱਚੇ ਦੇ ਉੱਤੇ ਕੰਮ ਬਹੁਤ ਜ਼ਿਆਦਾ ਕਰਦੇ ਹਾਂ। ਇਸੇ ਕਰਕੇ ਅਸੀਂ ਜਲੰਧਰ 'ਚ ਵੀ ਆਪਣਾ ਆਫਿਸ ਲੈ ਕੇ ਆਉਣ ਲੱਗੇ ਹਾਂ, ਲੁਧਿਆਣਾ, ਅੰਮ੍ਰਿਤਸਰ, ਚੰਡੀਗੜ੍ਹ ਦੇ ਅੰਦਰ ਮੈਂ ਅਵੇਲੇਬਲ ਹੈਗਾ। ਹੋਰ ਜਾਣਕਾਰੀ ਮੈਂ ਤੁਹਾਨੂੰ ਦੇ ਸਕਦਾ ਕਿ ਵੀ ਕਿਹੜੇ ਕਿਹੜੇ ਮੁਲਕਾਂ ਦੇ ਅੰਦਰ, ਇਸ ਡੈਨਮਾਰਕ ਸਵੀਡਨ ਦੀ ਗੱਲ ਨਹੀਂ ਹੈਗੀ, ਲਾਟਵੀਆ, ਲਿਥੂਨੀਆ, ਹਾਲੈਂਡ, ਨਾਰਵੇ, ਫਿਨਲੈਂਡ, ਸਵੀਡਨ, ਫਰਾਂਸ, ਪੋਰਚੁਗਲ, 26 ਦੇਸ਼ਾਂ ਦੇ ਅੰਦਰ ਪੂਰੀ ਸਮੁੱਖ ਟੀਮ ਸਾਡੀ ਹਮੇਸ਼ਾ ਬੱਚੇ ਨੂੰ ਹੈਲਪ ਕਰਨ ਵਾਸਤੇ ਤਿਆਰ ਹੁੰਦੀ ਹੈਗੀ। ਪਰ ਜ਼ਰੂਰਤ ਹੈਗੀ, ਬੱਚੇ ਨੂੰ ਵੀ ਅੱਜ ਆਪਣੇ ਵਾਸਤੇ ਕੁਛ ਸੋਚਣਾ ਪਏਗਾ, ਬੱਚੇ ਨੂੰ ਵੀ ਸੋਚਣਾ ਵੀ ਮੈਂ ਐਪਲੀਕੇਸ਼ਨ ਟਾਈਮ 'ਤੇ ਅਪਲਾਈ ਕਰਾਂ, ਕਿਉਂਕਿ ਇੱਕ ਚੀਜ਼ ਪੰਜਾਬ ਦੇ ਅੰਦਰ ਮੈਂ ਦੇਖੀ ਕਵੀ ਕਾਫੀ ਜ਼ਿਆਦਾ ਜਿਹੜੀ ਲੀਨੀਅੰਟ ਜਿਹੜਾ ਐਟੀਟਿਊਡ ਹੈਗਾ, ਕੈਜੂਅਲ ਐਟੀਟਿਊਡ ਹੈਗਾ, ਐਪਲੀਕੇਸ਼ਨ ਲੈ ਕੇ ਵੀ ਬਿਲਕੁਲ ਐਂਡ 'ਤੇ ਆ ਕੇ ਬੱਚਾ ਅਪਲਾਈ ਕਰਦਾ ਹੈਗਾ। ਇਹ ਚੀਜ਼ ਨੂੰ ਬੱਚੇ ਨੂੰ ਹਮੇਸ਼ਾ ਵਾਸਤੇ ਖਤਮ ਕਰਨਾ ਹੈਗਾ, ਕਿਉਂਕਿ ਬਾਹਰ ਦੇ ਮੁਲਕਾਂ ਦੇ ਅੰਦਰ ਰਿਸਪੈਕਟ ਮਿਲਦੀ ਹੈ ਟਾਈਮ ਨੂੰ। ਇਸ ਕਰਕੇ ਜੇ ਤੁਸੀਂ ਬਾਹਰ ਜਾਣਾ ਹੈਗਾ ਅਗਸਤ ਸਤੰਬਰ ਇਨਟੇਕ 'ਚ, ਸਿੰਗਲ ਜਾਣਾ ਹੈ ਜਾਂ ਸਪਾਊਸ ਜਾਣਾ ਹੈਗਾ, ਡੈਨਮਾਰਕ ਜਾਣਾ ਹੈ, ਲਾਤਵੀਆ ਜਾਣਾ ਹੈ ਜਾਂ ਜਰਮਨੀ ਜਾਣਾ ਹੈ, ਕਿਸੇ ਵੀ ਦੇਸ਼ 'ਚ ਜਾਣਾ ਹੈਗਾ, ਆ ਕੇ ਆਪਣੀ ਕਾਉਂਸਲਿੰਗ ਕਰਵਾਓ, ਆਪਣੇ ਕੋਰਸ ਨੂੰ ਸਮਝੋ, ਆਪਣੀ ਵੀਜ਼ਾ ਰਿਕੁਆਇਰਮੈਂਟ ਸਮਝੋ, ਅਸੀਂ ਤੁਹਾਨੂੰ ਪੂਰੀ ਸਰਵਿਸਿਜ਼, ਐਡਮਿਸ਼ਨ ਸਰਵਿਸਿਜ਼, ਵੀਜ਼ਾ ਸਰਵਿਸਿਜ਼, ਅਕੋਮੋਡੇਸ਼ਨ ਬੁਕਿੰਗ, ਏਅਰਪੋਰਟ ਪਿਕਅਪ, ਇਹ ਸਾਰੀ ਚੀਜ਼ਾਂ ਪ੍ਰੋਵਾਈਡ ਕਰਦੇ ਹਾਂ, ਕਿਉਂਕਿ ਬੱਚਾ ਪਹਿਲੀ ਵਾਰ ਬਾਹਰ ਜਾ ਰਿਹਾ ਹੈਗਾ, ਜ਼ਰੂਰਤ ਹੈਗੀ ਇੱਕ ਕਿਸੇ ਦੀ ਚੰਗੀ ਗਾਈਡੈਂਸ ਦੀ, ਅਪਰੋਚ ਦੀ, ਅਤੇ ਟਰੱਸਟ ਦੀ, ਅਤੇ ਇਹ ਟਰੱਸਟ ਬੱਚੇ ਦਾ ਸਾਡੇ ਨਾਲ ਬਹੁਤ ਪੁਰਾਣਾ ਹੈਗਾ, ਅਤੇ ਅਸੀਂ ਚਾਹਾਂਗੇ ਬੱਚੇ ਆ ਕੇ ਸਾਨੂੰ ਡਿਸਕਸ ਕਰਨ ਆਪਣੀ ਆਪਣੀ ਪ੍ਰੋਬਲਮਸ, ਅਤੇ ਅਸੀਂ ਉਹਨਾਂ ਨੂੰ ਸੋਲਿਊਸ਼ਨ ਦਈਏ, ਅਤੇ ਉਸ ਤੋਂ ਬਾਅਦ ਬੱਚਾ ਆਪਣਾ ਡਿਸੀਜ਼ਨ ਆਪ ਲੈ ਸਕਦਾ ਹੈ। ਫਿਲਹਾਲ ਦੀਪਿੰਦਰ, ਤੁਸੀਂ ਟਾਈਮ ਕੱਢਿਆ ਹੈਗਾ, ਹਾਲਾਂਕਿ ਕਾਫੀ ਇਨਫੋਰਮੇਸ਼ਨ ਤੁਸੀਂ ਯੂਰਪ ਨੂੰ ਲੈ ਕੇ ਸਾਰੇ ਸਟੂਡੈਂਟਸ ਨੂੰ ਪ੍ਰੋਵਾਈਡ ਕੀਤੀ ਹੈ, ਬਟ ਬਹੁਤ ਹੀ ਥੋੜ੍ਹਾ ਟਾਈਮ ਬਚਿਆ, ਸੋ ਮੈਂ ਚਾਹਾਂਗੀ ਕਿ ਇਜ਼ ਐਨੀ ਇੰਪੋਰਟੈਂਟ ਲਾਈਕ ਇਨਫੋਰਮੇਸ਼ਨ ਜਿਹੜੀ ਤੁਸੀਂ ਸਾਰੇ ਸਟੂਡੈਂਟਸ ਨਾਲ ਡਿਸਕਸ ਕਰਨੀ ਚਾਹੁੰਦੇ ਹੋ, ਸਪੈਸ਼ਲੀ ਯੂਰਪ ਨੂੰ ਲੈ ਕੇ? ਅਸੀਂ ਅੱਜ ਦੇ ਇਸ ਸ਼ੋਅ ਦੀ ਸਮਰੀ ਤਿਆਰ ਕਰ ਲੈਂਦੇ ਹਾਂ। ਬੇਸਿਕਲੀ ਅਗੇਨ, ਸਵੀਡਨ, ਡੈਨਮਾਰਕ ਦੇ ਜਾਣ ਵਾਲੇ ਬੱਚਿਆਂ ਨੂੰ
एडमिशन डेडलाइन जी हैगी 15 मार्च हैगी काफ़ी मेन कोर्सिज की, उस तो बाद जो कोर्सिज होंगे वो अंदर एस सीट अवेलेबिलिटी होएगी तो थोड़ा एडमिशन मिलेगा। स्पाउस वीज़ा अलाउड है दोनों कंट्री के अंदर। शो मनी ਤੁਹਾਨੂੰ ਨਹੀਂ ਚਾਹੀਦੀ ਡੈਨਮਾਰਕ 'ਚ, ਅਤੇ 8 ਲੱਖ ਰੁਪਏ ਦੀ ਸ਼ੋਮਨ ਚਾਹੀਦੀ ਹੈ ਸਵੀਡਨ ਦੇ ਅੰਦਰ। ਜਿਹੜੇ ਬੱਚੇ ਬੇਸਿਕਲੀ ਡਿਪਲੋਮਾ ਕਰਨ ਜਾਂਦੇ ਨੇ ਉਹ ਡੈਨਮਾਰਕ ਜਾਣਗੇ, ਜਿਹੜੇ ਬੈਚਲਰ ਕਰਨ ਜਾਂਦੇ ਨੇ ਜਾਂ ਮਾਸਟਰ ਕਰਨ ਜਾਂਦੇ ਨੇ ਉਹ ਜਾਣਗੇ ਸਵੀਡਨ। ਸਵੀਡਨ ਦੇ ਅੰਦਰ ਕੰਮ ਕਰਨ ਦੀ ਕੋਈ ਰੋਕ-ਟੋਕ ਨਹੀਂ ਹੈ, ਐਪਲੀਕੈਂਟ ਦੇ ਨਾਲ ਸਪਾਊਸ ਵੀਜ਼ਾ ਮਿਲੇਗਾ ਬੇਸ਼ੱਕ ਬਿਨਾਂ ਕਿਸੇ ਸ਼ਰਤ ਤੋਂ ਮਿਲੇਗਾ, ਅਤੇ ਐਪਲੀਕੈਂਟ ਦੇ ਨਾਲ ਸਪਾਊਸ ਨੂੰ ਕੰਮ ਕਰਨਾ ਅਲਾਊਡ ਵੀ ਹੈਗੀ। PR 7 ਤੋਂ 8 ਸਾਲ ਡੈਨਮਾਰਕ ਦੇ ਅੰਦਰ, ਸਵੀਡਨ ਦੇ ਅੰਦਰ 5 ਤੋਂ 4 ਤੋਂ 5 ਸਾਲ ਹੈਗਾ। ਬੱਚੇ ਨੂੰ ਅਤੇ ਸਪਾਊਸ ਨੂੰ ਅਨਲਿਮਿਟਡ ਕੰਮ ਕਰਨਾ ਸਟੂਡੈਂਟ ਅਲਾਊਡ ਹੈਗਾ, ਲੇਕਿਨ ਅਸੀਂ ਹਮੇਸ਼ਾ ਰਿਕਮੈਂਡ ਕਰਦੇ ਹਾਂ ਬੱਚੇ ਨੂੰ ਕਿ ਵੀ ਓਨਾ ਹੀ ਕੰਮ ਕਰੋ ਜਿਹੜੀ ਪੜ੍ਹਾਈ ਨਾ ਖਰਾਬ ਹੋਏ। ਉਸ ਤੋਂ ਬਾਅਦ ਬੱਚਿਆਂ ਨੂੰ ਜਿਹੜੀ ਜੋਬ ਸਰਚ ਵੀਜ਼ਾ ਹੈਗਾ ਉਹ 6 ਮਹੀਨੇ ਦਾ ਕਾਮਨ ਹੈਗਾ ਦੋਨੋਂ ਕੰਟਰੀ ਦੇ ਅੰਦਰ। ਅਤੇ ਜੋਬ ਸਰਚ ਵੀਜ਼ਾ ਦੇ ਅੰਦਰ ਤੁਸੀਂ ਆਪਣੀ ਐਜੂਕੇਸ਼ਨ ਪੜ੍ਹਾਈ ਖਤਮ ਕਰਨ ਤੋਂ ਬਾਅਦ ਪੂਰੇ ਯੂਰੋਪੀਅਨ ਯੂਨੀਅਨ ਦੇ ਮੁਲਕਾਂ ਦੇ ਅੰਦਰ ਜੋਬ ਸਰਚ ਕਰ ਸਕਦੇ ਹੋ। ਜੇ ਤੁਹਾਨੂੰ ਜੋਬ ਪੋਰਚੁਗਲ ਮਿਲ ਜਾਂਦੀ ਹੈ, ਜਰਮਨੀ ਮਿਲ ਜਾਂਦੀ ਹੈ, ਤੁਸੀਂ ਜਰਮਨ ਐਮਬੈਸੀ ਸਵੀਡਨ 'ਚ ਜਾ ਕੇ ਆਪਣਾ ਪਰਮਿਟ ਜਿਹੜਾ TRP ਕਾਰਡ ਹੈ, ਟੈਂਪਰੀ ਰੈਜ਼ੀਡੈਂਟ ਪਰਮਿਟ ਕਾਰਡ ਹੈ, ਉਹਨੂੰ ਚੇਂਜ ਕਰ ਸਕਦੇ ਹੋ। ਸਵੀਡਨ ਦੇ ਅੰਦਰ ਤੁਹਾਨੂੰ ਕਾਰਡ ਇੰਡੀਆ ਤੋਂ ਮਿਲ ਕੇ ਜਾਂਦਾ ਹੈ, ਡੈਨਮਾਰਕ ਦੇ ਅੰਦਰ ਪਹੁੰਚਣ ਤੋਂ ਬਾਅਦ ਮਿਲਦਾ ਹੈਗਾ। ਅਤੇ ਬੇਸਿਕਲੀ ਅਗੇਨ ਆਪਣੇ ਫਿਊਚਰ ਵਾਸਤੇ ਤੁਹਾਨੂੰ ਜ਼ਰੂਰ ਸਮਝਣ ਦੀ ਕੋਸ਼ਿਸ਼ ਹੈਗੀ ਵੀ ਇਹਨਾਂ ਮੁਲਕਾਂ ਦੇ ਅੰਦਰ ਬਹੁਤ ਚੰਗੀ ਕੰਪਨੀਜ਼ ਹੈਗੀਆਂ, ਜਿਵੇਂ ਕਿਹਾ ਵੀ ਐਰਿਕਸਨ ਹੋ ਗਈ, ਤੁਹਾਡੀ ਮਸਕ ਹੋ ਗਈ, ਤੁਹਾਡਾ ਵੋਲਵੋ ਹੋ ਗਈ, ਇਹ ਟੌਪ ਕੰਪਨੀਜ਼ ਦੇ ਅੰਦਰ ਇੰਡੀਅਨ ਸਟੂਡੈਂਟ ਖਾਸ ਕਰ BTECH ਦੇ ਸਟੂਡੈਂਟ ਜਿਹੜੇ ਹੈਗੇ ਨੇ ਉਹ ਬਿਨਾਂ ਆਇਲਸ ਤੋਂ ਵੀ ਜਾ ਸਕਦੇ ਨੇ। ਕਾਫੀ ਲੋਡ ਹੈ ਸਟੂਡੈਂਟ ਦੀ, ਕਾਫੀ ਪ੍ਰੋਫੈਸ਼ਨਲ ਚਾਹੀਦੇ ਹੈਗੇ ਨੇ, ਪਰ ਚੰਗੇ ਪ੍ਰੋਫੈਸ਼ਨਲ ਚਾਹੀਦੇ ਨੇ। ਜਿਹੜੇ ਬੱਚਿਆਂ ਦੇ 5 ਬੈਂਡ ਹੈਗੇ ਨੇ ਉਹਨਾਂ ਨੂੰ ਬੇਸਿਕਲੀ ਸਵੀਡਨ ਹੀ ਦੇਖਣਾ ਚਾਹੀਦਾ ਹੈ, 5-5.5 ਬੈਂਡ ਵਾਲੇ ਬੱਚੇ ਨੂੰ, ਕਿਉਂਕਿ ਐਲੀ ਕੋਰਸ ਮਿਲ ਜਾਏਗਾ ਸਵੀਡਨ ਦੇ ਅੰਦਰ, ਉਸ ਤੋਂ ਬਾਅਦ ਮੇਨ ਕੋਰਸ ਮਿਲ ਜਾਏਗਾ। ਲੇਕਿਨ 6 ਬੈਂਡ ਵਾਲੇ ਬੱਚੇ ਡੈਨਮਾਰਕ ਵੀ ਦੇਖ ਸਕਦੇ ਹੈਗੇ ਨੇ। BTECH ਕਰ ਰੱਖੀ ਹੈ, IELTS ਨਹੀਂ ਕਰਨਾ ਹੈਗਾ, ਕੋਈ ਗੱਲ ਨਹੀਂ, ਸਵੀਡਨ ਦੇ ਅੰਦਰ BTECH ਦੇ ਬੱਚੇ ਨੂੰ IELTS ਦੀ ਕੋਈ ਲੋੜ ਨਹੀਂ ਹੁੰਦੀ। ਸਮਾਂ ਅਲਾਊ ਨਹੀਂ ਕਰ ਰਿਹਾ ਹੈਗਾ ਮੈਨੂੰ ਕਵਿਤਾ ਜੀ, ਅਤੇ ਬੇਸਿਕਲੀ ਇਸ ਸ਼ੋਅ ਨੂੰ ਮੇਰੇ ਖਿਆਲ ਇੱਥੇ ਸਾਨੂੰ ਪੌਜ਼ ਕਰਨਾ ਪਏਗਾ। ਪਰ ਹਾਂ, ਅਗਲੇ ਸੰਡੇ ਸੇਮ ਸਮੇਂ 'ਤੇ ਮੈਂ ਲੈ ਕੇ ਆਵਾਂਗਾ ਉਹਨਾਂ ਬੱਚਿਆਂ ਵਾਸਤੇ ਜਿਹੜੇ ਬੱਚੇ ਇੰਗਲਿਸ਼ 'ਚ ਵੀਕ ਹੈਗੇ ਨੇ, ਇੰਗਲਿਸ਼ ਨਹੀਂ ਬੋਲ ਸਕਦੇ ਹੈਗੇ ਨੇ, ਪਰ ਬਾਹਰ ਜਾਣ ਦੇ ਇੱਛੁੱਕ ਹੈਗੇ ਨੇ, ਛੋਟੀ ਚੰਗੀ ਕੰਟਰੀ ਜਾ ਕੇ ਆਪਣਾ ਇੰਗਲਿਸ਼ ਦਾ ਪਾਥਵੇ ਪ੍ਰੋਗਰਾਮ ਕਰਨ ਨੂੰ ਤਿਆਰ ਹੈਗੇ ਨੇ। ਲੇਕਿਨ ਕੁਸ਼ਚਨ ਹੈਗਾ, ਜਾਈਏ ਕਿੱਥੇ, ਕਿਹੜੇ ਪਾਥਵੇ ਜਾਈਏ, ਸਾਨੂੰ ਅੱਗੇ ਸ਼ੈਂਗਨ ਕੌਣ ਮੂਵ ਕਰੇਗਾ, ਕਿੱਦਾਂ ਮੂਵ ਕਰੇਗਾ, ਅਸੀਂ ਮੂਵ ਹੋਵਾਂਗੇ ਜਾਂ ਨਹੀਂ ਹੋਵਾਂਗੇ, ਜਾਂ ਸਾਈਪ੍ਰਸ ਵਰਗੇ ਦੇਸ਼ਾਂ 'ਚ ਸਿਰਫ ਸਾਨੂੰ ਇੱਕ ਪ੍ਰੋਗਰਾਮ ਦਿਖਾ ਕੇ ਸਾਨੂੰ ਗਲਤ ਗਾਈਡੈਂਸ ਮਿਲਦੀ ਹੈ। ਇਹ ਸਾਰੀ ਗੱਲਾਂ ਕਰਾਂਗੇ ਆਪਾਂ ਸੰਡੇ ਨੂੰ ਕਵਿਤਾ ਜੀ ਨਾਲ ਮਿਲ ਕੇ, ਅਤੇ ਮਿਲਦੇ ਹਾਂ ਨੈਕਸਟ ਵੀਕ, ਅਤੇ ਤੁਹਾਨੂੰ ਡਿਸਕਸ ਕਰਦੇ ਹਾਂ ਤੁਹਾਡੇ ਫਿਊਚਰ ਬਾਰੇ। ਬਹੁਤ ਬਹੁਤ ਸ਼ੁਕਰੀਆ ਦੁਪਿੰਦਰ ਵਾਂਸ ਅਗੇਨ, ਅਤੇ ਇਸ ਨਾਲ ਜੀ ਦਰਸ਼ਕੋ ਹੁਣ ਮੈਨੂੰ ਕਵਿਤਾ ਸਿੰਘ ਨੂੰ ਵੀ ਦਿਓ ਇਜਾਜ਼ਤ। ਅਗਲੀ ਵਾਰ ਫਿਰ ਮੁਲਾਕਾਤ ਹੋਏਗੀ ਜੀ ਕਿਸੇ ਹੋਰ ਸਟੱਡੀ ਵੀਜ਼ਾ ਐਕਸਪਰਟ ਦੇ ਨਾਲ, ਜੋ ਕਿ ਤੁਹਾਨੂੰ ਵਿਦੇਸ਼ਾਂ ਨੂੰ ਲੈ ਕੇ ਇਨਫੋਰਮੇਸ਼ਨ ਜਿਹੜੀ ਹੈ ਜੀ, ਬੇਸਿਕ ਨੌਲੇਜ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰਵਾ ਸਕੀਏ। ਸੋ ਥੈਂਕ ਯੂ ਸੋ ਮਚ, ਆਪਣਾ ਖਿਆਲ ਰੱਖੋ, ਸਤਿ ਸ਼੍ਰੀ ਅਕਾਲ।